ਨਮਸਤੇ ਰੋਹਨ, ਇੰਨਾ ਦਿਨੀ ਕਿੱਥੇ ਸੀ ਤੂੰ? ਨਮਸਤੇ ਅੰਕਲ, ਅਸਲ ਵਿੱਚ ਮੈਂ ਜ਼ਰਾ ਸਕੂਲ ਦੇ ਪ੍ਰੋਜੈਕਟਸ ਵਿੱਚ ਬਿਜ਼ੀ ਸੀ। ਕਿਰਪਾ ਕਰਕੇ ਇਹ ਰੱਖ ਲਓ। ਓਹ, ਤੇਰੇ ਪਾਪਾ ਦੀ ਬੜੀ ਮਿਹਰਬਾਨੀ, ਮੈਂ ਪੈਸਿਆਂ ਤੋਂ ਬਗੈਰ ਹੈਲਪਲੈਸ ਸੀ। ਮੈਨੂੰ ਛੇਤੀ ਇਲੈਕਟ੍ਰਿਸਿਟੀ ਬਿੱਲ ਭਰਨਾ ਸੀ। ਤੁਸੀਂ ਬਹੁਤ ਆਸਾਨੀ ਨਾਲ ਡਿਜੀਟਲ ਵਿੱਤੀ ਯਾਨੀ ਫਾਈਨੈਂਸ਼ੀਅਲ ਸੇਵਾ ਦੇ ਜ਼ਰੀਏ ਆਪਣੇ ਬਿੱਲ ਦਾ ਭੁਗਤਾਨ ਕਰ ਸਕਦੇ ਹੋ। ਇਹ ਬਹੁਤ ਹੀ ਸੁਰੱਖਿਅਤ ਅਤੇ ਸੁਵਿਧਾਜਨਕ ਹੈ। ਮੈਂ ਇਸ ਦੇ ਬਾਰੇ ਵਿੱਚ ਬਹੁਤ ਸੁਣਿਆ ਹੈ, ਕਿਰਪਾ ਕਰਕੇ ਇਸ ਨੂੰ ਵਿਸਤਾਰ ਨਾਲ ਸਮਝਾਓ। ਸੁਣਨ ਵਿੱਚ ਤਾਂ ਇਹ ਬਹੁਤ ਦਿਲਚਸਪ ਲੱਗ ਰਿਹਾ ਹੈ। ਜ਼ਰੂਰ ਰੋਹਨ, ਡਿਜੀਟਲ ਪੇਮੈਂਟ ਅਤੇ ਈ ਪੇਮੈਂਟ ਡਿਜੀਟਲ ਉਪਕਰਨ ਜਿਵੇਂ ਮੋਬਾਈਲ ਫੋਨਸ ਅਤੇ ਕੰਪਿਊਟਰਸ ਦੇ ਰਾਹੀਂ ਇੱਕ ਭੁਗਤਾਨ ਖਾਤੇ ਤੇ ਦੂਜੇ ਵਿੱਚ ਪੈਸਾ ਟ੍ਰਾਂਸਫਰ ਕਰਨ ਦਾ ਜ਼ਰੀਆ ਏ। ਇਸ ਜ਼ਰੀਏ ਨੂੰ ਕੈਸ਼ ਪੇਮੈਂਟ ਦੇ ਮੁਤਾਬਕ ਬਿਹਤਰ ਪੇਮੈਂਟ ਦਾ ਤਰੀਕਾ ਮੰਨਿਆ ਗਿਆ ਏ, ਕਿਉਂਕਿ ਇਹ ਬਹੁਤ ਹੀ ਸੁਵਿਧਾਜਨਕ ਤਰੀਕਾ ਏ, ਕਿਉਂਕਿ ਇਸ ਦੇ ਵਿੱਚ ਲੋਕਾਂ ਨੂੰ ਬਹੁਤ ਘੱਟ ਪੈਸੇ ਦੀ ਲੋੜ ਪੈਂਦੀ ਏ। ਹੋਰ ਤਾਂ ਹੋਰ, ਸਿਰਫ ਮੋਬਾਈਲ ਫੋਨ, ਆਧਾਰ ਨੰਬਰ ਜਾਂ ਕਿਸੇ ਕਾਰਡ ਦੀ ਜ਼ਰੂਰਤ ਹੁੰਦੀ ਹੈ। ਅਸੀਂ UPI ਐਪਸ, USSD ਜਾਂ ਈ ਵਾਲਟਸ ਵਰਗੇ ਹਮੇਸ਼ਾ ਚਾਲੂ ਰਹਿਣ ਵਾਲੇ ਭੁਗਤਾਨਾਂ ਦੇ ਜ਼ਰੀਏ ਕਿਤੇ ਵੀ ਕਦੇ ਵੀ ਭੁਗਤਾਨ ਆਸਾਨੀ ਨਾਲ ਕਰ ਸਕਦੇ ਹਾਂ। ਸਰਕਾਰ ਦੁਆਰਾ ਡਿਜੀਟਲ ਪੇਮੈਂਟ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਭੁਗਤਾਨ ਤੇ ਭਾਰੀ ਮਾਤਰਾ ਵਿੱਚ ਛੂਟ ਦਿੱਤੀ ਜਾ ਰਹੀ ਹੈ। ਉਦਾਹਰਣ ਦੇ ਲਈ, 2000 ਰੁਪਏ ਤੱਕ ਦਾ ਸਰਵਿਸ ਟੈਕਸ ਭੁਗਤਾਨ ਡਿਜੀਟਲ ਮੋਡ ਤੇ ਕਰਨ ਤੇ ਪੂਰੀ ਛੂਟ ਦਾ ਲਾਭ ਮਿਲੇਗਾ। ਇਸ ਦੇ ਇਲਾਵਾ ਇੰਧਨ ਤੇ 0.75% ਦੀ ਛੂਟ ਅਤੇ ਸਰਕਾਰੀ ਬੀਮਾ ਕੰਪਨੀਆਂ ਦੇ ਬੀਮਾ ਪ੍ਰੀਮੀਅਮ ਤੇ 10% ਛੂਟ ਵੀ ਦਿੱਤੀ ਜਾਂਦੀ ਹੈ। ਡਿਜੀਟਲ ਭੁਗਤਾਨ ਦੇ ਤਰੀਕਿਆਂ ਦੇ ਬਾਵਜੂਦ ਲੈਣ ਦੇਣ ਦੇ ਵੇਰਵਾ ਦਾ ਰਿਕਾਰਡ ਆਟੋਮੈਟਿਕ ਤਰੀਕੇ ਤੇ ਰੱਖਿਆ ਜਾਵੇਗਾ। ਡਿਜੀਟਲ ਭੁਗਤਾਨ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਲੋਅ ਰਿਸਕ ਤੋਂ ਲੈ ਕੇ ਨੋ ਰਿਸਕ ਹੈ। ਮੋਬਾਈਲ ਵਾਲਟਸ ਵਿੱਚ ਵੀ ਲੋਅ ਰਿਸਕ ਹੁੰਦਾ ਹੈ, ਜੇਕਰ ਫੋਨ ਨੂੰ ਅਨਲੌਕ ਜਾਂ ਖੋਲਣ ਦੇ ਲਈ ਪਾਸਵਰਡ ਯਾਦ ਨਾ ਹੋਵੇ। ਕਾਰਡਸ ਪਿੰਨ ਦੇ ਬਿਨਾਂ ਕੰਮ ਨਹੀਂ ਕਰਨਗੇ। ਜੇਕਰ ਅਜਿਹਾ ਹੋਇਆ ਤਾਂ ਕੁਝ ਹੀ ਦੇਰ ਵਿੱਚ ਕਾਰਡ ਬਲੌਕ ਹੋ ਜਾਵੇਗਾ। AEPS ਨੂੰ ਸਾਡੇ ਫਿੰਗਰਪ੍ਰਿੰਟ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਜੇਬ ਵਿੱਚ ਬਹੁਤ ਸਾਰਾ ਪੈਸਾ ਰੱਖਣ ਦੇ ਖਤਰੇ ਤੇ ਬਚ ਸਕਦੇ ਹਾਂ। ਚਲੋ ਹੁਣ ਅਸੀਂ ਡਿਜੀਟਲ ਭੁਗਤਾਨ ਦੇ ਮਹੱਤਵਪੂਰਨ ਤਰੀਕਿਆਂ ਦੀ ਚਰਚਾ ਕਰਦੇ ਹਾਂ, ਜੋ ਹਨ ਕਾਰਡਸ, POS, USSD, ਈ-ਵਾਲਟ ਅਤੇ AEPS। ਹੁਣ ਇੱਕ ਇੱਕ ਕਰਕੇ ਇਹਨਾਂ ਭੁਗਤਾਨ ਤਰੀਕਿਆਂ ਦੀ ਸਹੀ ਜਾਣਕਾਰੀ ਲੈਂਦੇ ਹਾਂ। ਕਾਰਡਸ 3 ਕਿਸਮ ਦੇ ਹੁੰਦੇ ਹਨ ਜੋ ਕਿ ਆਮ ਤੌਰ ਤੇ ਬੈਂਕ ਜਾਰੀ ਕਰਦਾ ਹੈ: ਪ੍ਰੀਪੇਡ ਕਾਰਡਸ, ਡੈਬਿਟ ਕਾਰਡਸ ਅਤੇ ਕ੍ਰੈਡਿਟ ਕਾਰਡਸ। ਪ੍ਰੀਪੇਡ ਕਾਰਡਸ ਦਾ ਇਸਤੇਮਾਲ ਸੀਮਿਤ ਰਕਮ ਨੂੰ ਕੱਢਣ ਲਈ ਅਤੇ ਇਹ ਮੋਬਾਈਲ ਰਿਚਾਰਜ ਦੇ ਵਾਂਗ ਹੀ ਰਿਚਾਰਜ ਕੀਤਾ ਜਾ ਸਕਦਾ ਹੈ। ਇਹ ਗ੍ਰਾਹਕ ਦੇ ਬੈਂਕ ਖਾਤੇ ਤੇ ਪ੍ਰੀ ਲੋਡ ਕੀਤੇ ਜਾਂਦੇ ਹਨ। ਡੈਬਿਟ ਕਾਰਡਸ ਬੈਂਕ ਅਕਾਊਂਟ ਨਾਲ ਜੁੜੇ ਹੁੰਦੇ ਹਨ। ਇਹ ਬੈਂਕ ਦੁਆਰਾ ਚਾਲੂ, ਬਚਤ ਅਤੇ ਓਵਰ ਡਰਾਫਟ ਖਾਤਾ ਧਾਰਕਾਂ ਨੂੰ ਜਾਰੀ ਕੀਤੇ ਜਾਂਦੇ ਹਨ। ਇਹ ਕਾਰਡ ਬੈਂਕ ਅਕਾਊਂਟ ਵਿੱਚ ਮੌਜੂਦ ਰਕਮ ਦੇ ਆਧਾਰ ਤੇ ਕੈਸ਼ ਦੀ ਨਿਕਾਸੀ ਅਤੇ ਸਮਾਨ ਦੀ ਖਰੀਦਦਾਰੀ ਜਾਂ ਫਿਰ ਆਨਲਾਈਨ ਖਰੀਦਦਾਰੀ ਲਈ ਇਸਤੇਮਾਲ ਵਿੱਚ ਆਉਂਦੇ ਹਨ। ਇਸ ਦੀ ਵਰਤੋਂ ਇੱਕ ਵਿਅਕਤੀ ਤੇ ਦੂਜੇ ਨੂੰ ਡੋਮੈਸਟਿਕ ਯਾਨੀ ਘਰੇਲੂ ਫੰਡ ਟ੍ਰਾਂਸਫਰ ਦੇ ਲਈ ਕੀਤੀ ਜਾ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਦੁਆਰਾ ਅਪਰੂਵਡ ਬੈਂਕਾਂ ਅਤੇ ਬਾਕੀ ਅਧਾਰੀਆਂ ਦੁਆਰਾ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਂਦੇ ਹਨ। ਜ਼ਿਆਦਾਤਰ ਕ੍ਰੈਡਿਟ ਕਾਰਡਸ ਦੇ ਕੋਲ ਇੱਕ ਨਕਦ ਐਡਵਾਂਸ ਵਿਕਲਪ ਹੈ ਜੋ ਕਾਰਡ ਧਾਰਕਾਂ ਨੂੰ ਕ੍ਰੈਡਿਟ ਕਾਰਡ ਤੇ ਪੈਸੇ ਕੱਢਣ ਦੀ ਇਜਾਜ਼ਤ ਦਿੰਦਾ ਹੈ। ਪਰ ਇਸ ਦਾ ਇਸਤੇਮਾਲ ਕਰਦੇ ਵੇਲੇ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਛੋਟੇ ਮਿਆਦ ਦੇ ਕਰਜ਼ੇ ਯਾਨੀ ਸ਼ਾਰਟ ਟਰਮ ਲੋਨ ਲੈਣ ਦੇ ਸਭ ਤੋਂ ਮਹਿੰਗੇ ਤਰੀਕਿਆਂ ਵਿੱਚੋਂ ਇੱਕ ਹੈ, ਕਿਉਂਕਿ ਕਾਰਡ ਧਾਰਕਾਂ ਨੂੰ ਉੱਚ ਵਿਆਜ ਦਰ ਤੇ ਪੈਸੇ ਵਾਪਸ ਕਰਨੇ ਪੈਂਦੇ ਹਨ। ਵਰਤਮਾਨ ਵਿੱਚ ਨਕਦ ਐਡਵਾਂਸ ਯਾਨੀ ਕੈਸ਼ ਐਡਵਾਂਸਿਸ ਦੇ ਲਈ ਔਸਤ ਵਿਆਜ ਦਰ ਲਗਭਗ 24% ਹੈ। ਕੱਢੀ ਗਈ ਰਕਮ ਦਾ ਲਗਭਗ 3-5% ਫੀਸ ਦੇ ਰੂਪ ਵਿੱਚ ਭੁਗਤਾਨ ਕਰਨਾ ਜ਼ਰੂਰੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਰਿਆਇਤੀ ਮਿਆਦ ਨਹੀਂ ਦਿੱਤੀ ਜਾਂਦੀ ਹੈ
ਅਤੇ ਜਿਵੇਂ ਹੀ ਨਕਦ ਰਕਮ ਕੱਢੀ ਜਾਂਦੀ ਹੈ ਉਸ ਤੇ ਵਿਆਜ ਸ਼ੁਲਕ ਚਾਰਜ ਕੀਤਾ ਜਾਂਦਾ ਹੈ। ਨਕਦ ਨਿਕਾਸੀ ਹਮੇਸ਼ਾ ਲਗਭਗ ਇੱਕ ਨਿਰਧਾਰਿਤ ਰਕਮ ਤੱਕ ਸੀਮਿਤ ਹੁੰਦੀ ਹੈ ਜਿਸ ਨੂੰ ਕੈਸ਼ ਕ੍ਰੈਡਿਟ ਸੀਮਾ। ਰੁਪਏ ਕਾਰਡ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਹਿੰਦੁਸਤਾਨੀ ਰੂਪ ਹੈ। ਇਹ ਲਗਭਗ ਅੰਤਰਰਾਸ਼ਟਰੀ ਕਾਰਡ ਜਿਵੇਂ ਵੀਜ਼ਾ ਜਾਂ ਮਾਸਟਰ ਕਾਰਡ ਵਰਗੇ ਹੀ ਹੁੰਦੇ ਹਨ। ਮੇਰੇ ਕੋਲ ਕਾਰਡ ਹੈ ਪਰ ਮੈਨੂੰ ਇਹਦਾ ਇਸਤੇਮਾਲ ਕਰਨਾ ਨਹੀਂ ਆਉਂਦਾ। ਏਟੀਐਮ ਤੇ ਪੈਸੇ ਕੱਢਣ ਲਈ ਤੁਸੀਂ ਆਪਣਾ ਡੈਬਿਟ ਜਾਂ ਕ੍ਰੈਡਿਟ ਕਾਰਡ ਏਟੀਐਮ ਮਸ਼ੀਨ ਵਿੱਚ ਪਾਓ, ਫਿਰ ਆਪਣਾ 4 ਅੰਕਾਂ ਦਾ ਨਿੱਜੀ ਪਿੰਨ ਦਰਜ ਕਰੋ। ਤੁਸੀਂ ਡੈਬਿਟ ਕਾਰਡ ਦੇ ਜ਼ਰੀਏ ਪੈਸੇ ਕੱਢਣ ਦੇ ਅਲਾਵਾ ਆਪਣਾ ਬੈਂਕ ਬੈਲੈਂਸ ਵੀ ਜਾਣ ਸਕਦੇ ਹੋ। ਕੀ ਅਸੀਂ ਇਹਨਾਂ ਕਾਰਡਸ ਦਾ ਇਸਤੇਮਾਲ ਰਿਟੇਲ ਸ਼ਾਪ ਤੇ ਵੀ ਕਰ ਸਕਦੇ ਹਾਂ? ਹਾਂਜੀ ਬਿਲਕੁਲ, ਪ੍ਰੋਸੈਸ ਕੁਝ ਇਸ ਪ੍ਰਕਾਰ ਹੈ। ਡੈਬਿਟ ਕਾਰਡ ਸਟੋਰ ਦੇ ਕੈਸ਼ੀਅਰ ਨੂੰ ਦੇਵੋ। ਵਪਾਰੀ POS ਮਸ਼ੀਨ ਦੇ ਜ਼ਰੀਏ ਕਾਰਡ ਨੂੰ ਚਲਾਉਂਦਾ ਹੈ ਅਤੇ ਖਰੀਦਦਾਰੀ ਦੀ ਰਕਮ ਨੂੰ ਟਾਈਪ ਕਰਦਾ ਹੈ ਅਤੇ ਫਿਰ ਗਾਹਕ ਕਾਰਡ ਦਾ ਪਿੰਨ ਟਾਈਪ ਕਰਦਾ ਹੈ। ਖਰੀਦਦਾਰੀ ਦੀ ਰਕਮ ਉਪਭੋਗਤਾ ਦੇ ਅਕਾਊਂਟ ਵਿੱਚੋਂ ਕੱਟ ਜਾਂਦੀ ਹੈ। ਵਪਾਰੀ ਇੱਕ ਪ੍ਰਿੰਟ ਰਸੀਦ ਤੇ ਉਪਭੋਗਤਾ ਦੇ ਸਾਈਨ ਕਰਾ ਕੇ ਆਪਣੇ ਕੋਲ ਰੱਖਦਾ ਹੈ ਅਤੇ ਉਸ ਦੀ ਦੂਜੀ ਕਾਪੀ ਉਪਭੋਗਤਾ ਨੂੰ ਦੇ ਦਿੰਦਾ ਹੈ। ਆਖਿਰ ਵਿੱਚ ਉਪਭੋਗਤਾ ਨੂੰ ਹੁਣ ਇਸ ਕਾਰਡ ਦੇ ਰਾਹੀਂ ਮੈਂ ਬਹੁਤ ਹੀ ਆਸਾਨੀ ਨਾਲ ਬਿਜਲੀ, ਪਾਣੀ ਅਤੇ ਟੈਲੀਫੋਨ ਦੇ ਬਿੱਲ ਦਾ ਭੁਗਤਾਨ ਕਰ ਸਕਦਾ ਹਾਂ। ਹਾਂਜੀ ਜ਼ਰੂਰ, ਹਵਾਈ ਯਾਤਰਾ ਜਾਂ ਟ੍ਰੇਨ ਦੀ ਟਿਕਟ ਬੁੱਕ ਕਰਨ ਦੇ ਲਈ, ਰੈਸਟੋਰੈਂਟ ਵਿੱਚ ਭੁਗਤਾਨ ਕਰਨ ਦੇ ਲਈ, ਦੁਕਾਨਾਂ ਤੇ ਜਾਂ ਆਨਲਾਈਨ ਖਰੀਦਦਾਰੀ ਕਰਨ ਦੇ ਲਈ, ਏਟੀਐਮ ਤੇ ਪੈਸੇ ਕੱਢਣ ਦੇ ਅਲਾਵਾ ਹੋਰ ਵੀ ਬਹੁਤ ਕੁਝ। ਕੀ ਤੁਸੀਂ ਸਾਨੂੰ POS ਮਸ਼ੀਨ ਦੇ ਇਸਤੇਮਾਲ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦੇ ਸਕਦੇ ਹੋ? ਪੁਆਇੰਟ ਆਫ ਸੇਲ ਮਸ਼ੀਨ ਜਾਂ POS ਇੱਕ ਇਲੈਕਟ੍ਰੋਨਿਕ ਉਪਕਰਨ ਹੈ ਜੋ ਕਿ ਰਿਟੇਲ ਲੋਕੇਸ਼ਨਸ ਤੇ ਕਾਰਡ ਨਾਲ ਭੁਗਤਾਨ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। POS ਦਾ ਕੰਮ ਹੈ ਉਪਭੋਗਤਾ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਜਾਣਕਾਰੀ ਲੈਣਾ। ਉਪਭੋਗਤਾ ਦੇ ਬੈਂਕ ਅਕਾਊਂਟ ਵਿੱਚ ਕਾਫੀ ਰਕਮ ਹੈ ਜਾਂ ਨਹੀਂ ਇਹ ਵੇਖਣਾ। ਉਪਭੋਗਤਾ ਦੇ ਅਕਾਊਂਟ ਤੇ ਵਿਕਰੇਤਾ ਦੇ ਅਕਾਊਂਟ ਵਿੱਚ ਰਕਮ ਨੂੰ ਟ੍ਰਾਂਸਫਰ ਕਰਨਾ। ਟ੍ਰਾਂਜੈਕਸ਼ਨ ਦਾ ਰਿਕਾਰਡ ਰੱਖਣਾ ਅਤੇ ਰਸੀਦ ਪ੍ਰਿੰਟ ਕਰਨਾ। ਮੋਬਾਈਲ ਆਧਾਰਿਤ POS ਬਨਾਮ MPOS ਇੱਕ ਫ੍ਰੀ ਪੁਆਇੰਟ ਆਫ ਸੇਲ ਅਤੇ ਕਲਾਉਡ ਆਧਾਰਿਤ ਸਮਾਧਾਨ ਹੈ ਜਿਸ ਦੇ ਵਿੱਚ ਸਮਾਰਟਫੋਨ ਜਾਂ ਟੈਬਲੇਟ ਦੀ ਵਰਤੋਂ ਵਿਕਰੀ ਵਧਾਨ, ਇਨਵੈਂਟਰੀ ਪ੍ਰਬੰਧਨ ਕਰਨ ਅਤੇ ਗ੍ਰਾਹਕ ਵਫਾਦਾਰੀ ਦੇ ਨਿਰਮਾਣ ਦੇ ਲਈ ਕੀਤਾ ਜਾਂਦਾ ਹੈ। ਡੀਮੋਨੀਟੀਕੇਸ਼ਨ ਡਰਾਈਵ ਤੇ ਖੁਦਰਾ ਵਿਕਰੇਤਾਵਾਂ ਨੇ ਰਿਵਾਇਤੀ ਕੈਸ਼ ਰਜਿਸਟਰਾਂ ਦੇ ਬਜਾਏ MPOS ਦਾ ਇਸਤੇਮਾਲ ਸ਼ੁਰੂ ਕੀਤਾ ਹੈ ਜੋ ਪੂਰਨ ਖੁਦਰਾ ਪ੍ਰਬੰਧਨ ਕਰਦਾ ਹੈ। MPOS ਕ੍ਰਮਵਾਰ ਗ੍ਰਾਹਕ ਅਤੇ ਵਪਾਰੀਆਂ ਨੂੰ ਨਿੱਜੀ ਅਤੇ ਆਪਸੀ ਲਾਭ ਦਿੰਦਾ ਹੈ। MPOS ਦੇ ਜ਼ਰੀਏ ਦੁਕਾਨਦਾਰ ਦੁਕਾਨ ਵਿੱਚ ਕਿਤੇ ਵੀ ਉਪਭੋਗਤਾਵਾਂ ਤੇ ਪੇਮੈਂਟ ਲੈ ਸਕਦੇ ਹਨ। ਗ੍ਰਾਹਕ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਡਿਜੀਟਲ ਵਾਲਟ ਦੇ ਜ਼ਰੀਏ ਤੇ ਮੋਬਾਈਲ POS ਡਿਵਾਈਸ ਤੇ ਆਸਾਨੀ ਨਾਲ ਭੁਗਤਾਨ ਕਰ ਸਕਦੇ ਹਨ। ਦੋਨੋ ਵਪਾਰੀ ਅਤੇ ਗ੍ਰਾਹਕਾਂ ਨੂੰ ਲੋਇਲਟੀ ਪ੍ਰੋਗਰਾਮਸ ਤੇ ਲਾਭ ਮਿਲਦਾ ਹੈ ਜੋ ਲਗਾਤਾਰ ਰਕਮ ਭੁਗਤਾਨ ਵਿੱਚ ਏਕੀਕ੍ਰਿਤ ਹੁੰਦੇ। ਜਦੋਂ ਅਸੀਂ ਡਿਜੀਟਲ ਕਾਰਡ ਦੀ ਵਰਤੋਂ ਕਰ ਰਹੇ ਹਾਂ ਤਾਂ ਕੀ ਸਾਨੂੰ ਕੁਝ ਸਾਵਧਾਨੀਆਂ ਵਰਤਣੀ ਚਾਹੀਦੀਆਂ ਨੇ? ਹਾਂਜੀ, ਜਦ ਤੁਸੀਂ ਇਹਨਾਂ ਕਾਰਡਸ ਦੀ ਵਰਤੋਂ ਕਰ ਰਹੇ ਹੋਵੋ ਤੇ ਕੀ ਕਰਨਾ ਹੈ ਅਤੇ ਕੀ ਨਹੀਂ, ਇਸ ਤੇ ਧਿਆਨ ਜ਼ਰੂਰ ਦਿਓ। ਇਹ ਜ਼ਰੂਰ ਕਰੋ, ਆਪਣਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਪ੍ਰਾਪਤ ਕਰਨ ਦੇ ਸਮੇਂ ਪੱਕਾ ਕਰੋ ਕਿ ਵੈਲਕਮ ਕਿੱਟ ਚੰਗੀ ਤਰ੍ਹਾਂ ਨਾਲ ਸੀਲਬੰਦ ਹੋਵੇ। ਫੌਰਨ ਕਾਰਡ ਦੇ ਪਿੱਛੇ ਆਪਣੇ ਸਾਈਨ ਕਰ ਲਵੋ। ਆਪਣੇ ਕ੍ਰੈਡਿਟ ਕਾਰਡ ਨੂੰ ਵੀ ਓਨਾ ਹੀ ਧਿਆਨ ਨਾਲ ਰੱਖੋ ਜਿੰਨਾ ਕਿ ਤੁਸੀਂ ਆਪਣੇ ਕੈਸ਼ ਨੂੰ ਰੱਖਦੇ ਹੋ। ਜੇਕਰ ਤੁਹਾਡਾ ਕ੍ਰੈਡਿਟ ਕਾਰਡ ਗੁਆਚ ਜਾਂਦਾ ਹੈ ਤੇ ਕਿਰਪਾ ਕਰਕੇ ਫੌਰਨ ਇਸ ਦੀ ਰਿਪੋਰਟ ਕਰੋ। ਹਮੇਸ਼ਾ ਧਿਆਨ ਰੱਖੋ ਕਿ ਕਾਰਡ ਤੁਹਾਡੀ ਨਜ਼ਰਾਂ ਦੇ ਸਾਹਮਣੇ ਸਵਾਇਪ ਕੀਤਾ ਜਾਵੇ। ਧਿਆਨ ਰੱਖੋ ਕਿ ਤੁਹਾਡਾ ਮੋਬਾਈਲ ਨੰਬਰ ਅਪਡੇਟ ਹੋਵੇ ਅਤੇ ਤਤਕਾਲ ਟ੍ਰਾਂਜੈਕਸ਼ਨ ਅਲਰਟਸ ਨੂੰ ਪ੍ਰਾਪਤ ਕਰਨ ਲਈ ਰਜਿਸਟਰ ਹੋਵੇ। ਜੇਕਰ ਤੁਹਾਡਾ ਐਡਰੈਸ ਜਾਂ
ਮੋਬਾਈਲ ਨੰਬਰ ਚੇਂਜ ਹੋਇਆ ਹੈ ਤਾਂ ਫੌਰਨ ਬੈਂਕ ਨੂੰ ਇਸ ਦੀ ਜਾਣਕਾਰੀ ਦਿਓ। ਕਿਸੇ ਵੀ ਤਰ੍ਹਾਂ ਦੇ ਅਣਜਾਣ ਟ੍ਰਾਂਜੈਕਸ਼ਨ ਦੇ ਮਾਮਲੇ ਵਿੱਚ ਫੌਰਨ ਕਸਟਮਰ ਕੇਅਰ ਨਾਲ ਸੰਪਰਕ ਕਰੋ। ਆਪਣੇ ਆਪ ਨੂੰ ਆਨਲਾਈਨ ਟ੍ਰਾਂਜੈਕਸ਼ਨ ਪਾਸਵਰਡ ਲਈ ਰਜਿਸਟਰ ਕਰੋ, ਜਿਵੇਂ ਕਿ ਵੈਰੀਫਾਈਡ ਬਾਈ ਵੀਜ਼ਾ VBV, ਜੋ ਇੱਕ ਵਾਧੂ ਸੁਰੱਖਿਆ ਪਰਤ ਪ੍ਰਦਾਨ ਕਰਦਾ ਹੈ। ਟ੍ਰਾਂਜੈਕਸ਼ਨ ਪਾਸਵਰਡ ਨੂੰ ਜਨਰੇਟ ਜਾਂ ਬਣਾਉਂਦੇ ਵੇਲੇ ਕੀ ਕਰੀਏ ਜਾਂ ਕੀ ਨਹੀਂ, ਇਸ ਦੇ ਬਾਰੇ ਵਿੱਚ ਜਾਣਦੇ ਹਾਂ। ਪਾਸਵਰਡ ਵਿੱਚ ਘੱਟੋ ਘੱਟ 8 ਅੰਕ ਹੋਣੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ 16 ਅੰਕ ਹੋ ਸਕਦੇ ਨੇ। ਪਾਸਵਰਡ ਦੀ ਕਾਮਯਾਬੀ ਨਾਲ ਉਸਾਰੀ ਦੇ ਲਈ ਕਿਸੇ ਵੀ ਸੰਖਿਅਕ ਅੰਕ ਅਤੇ ਅੱਖਰਾਂ ਦਾ ਇੱਕ ਸੁਮੇਲ ਹੋਣਾ ਚਾਹੀਦਾ ਹੈ। ਉਦਾਹਰਣ ਲਈ, ਇਸ ਦੇ ਵਿੱਚ ਘੱਟੋ ਘੱਟ 3 ਸੰਖਿਅਕ ਅੰਕ ਹੋਣੇ ਚਾਹੀਦੇ ਹਨ, ਜਾਂ ਇਸ ਦੇ ਵਿੱਚ ਘੱਟੋ ਘੱਟ 3 ਅਪਰ ਕੇਸ ਵਰਣ ਜਾਂ ਕੈਪੀਟਲ ਲੈਟਰ ਹੋਣੇ ਚਾਹੀਦੇ ਹਨ। ਇਸ ਦੇ ਅਲਾਵਾ 2 ਸੰਖਿਅਕ ਅੰਕ ਅਤੇ 1 ਅਪਰ ਕੇਸ ਵਰਣਮਾਲਾ ਕੈਪੀਟਲ ਲੈਟਰ ਆਦਿ ਹੋਣੇ ਚਾਹੀਦੇ ਹਨ। ਪਾਸਵਰਡ ਪੁਰਾਣੇ ਪਾਸਵਰਡ ਜਾਂ ਆਨਲਾਈਨ ਬੈਂਕਿੰਗ ਚੈਨਲ ਦੇ ਲੌਗਇਨ ID ਵਰਗਾ ਨਹੀਂ ਹੋਣਾ ਚਾਹੀਦਾ ਹੈ। ਇਸ ਦੇ ਅਲਾਵਾ ਇਹ ਪਿਛਲੇ 6 ਲਗਾਤਾਰ ਬਦਲੇ ਗਏ ਪਾਸਵਰਡ ਵਰਗਾ ਨਹੀਂ ਹੋਣਾ ਚਾਹੀਦਾ ਹੈ। ਪਾਸਵਰਡ ਵਿੱਚ ਖਾਸ ਵਰਣ ਜਾਂ ਸਪੈਸ਼ਲ ਕੈਰੇਕਟਰਸ ਅਤੇ ਸਪੇਸ ਨਹੀਂ ਹੋਣਾ ਚਾਹੀਦਾ ਹੈ। ਇਸ ਦੇ ਵਿੱਚ ਰਿਪੀਟਿੰਗ ਕੈਰੇਕਟਰ ਲਗਾਤਾਰ 2 ਬਾਰ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਅਤੇ ਸਕਸੈਸਿਵ ਕੈਰੇਕਟਰਸ 3 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਹਨ। ਸੁਰੱਖਿਆ ਕਾਰਨਾਂ ਤੇ ਆਮ ਤੌਰ ਤੇ ਵਰਤੋਂ ਕੀਤੇ ਜਾਣ ਵਾਲੇ ਸ਼ਬਦ ਜਿਵੇਂ ਕੰਪਿਊਟਰ, ਇੰਟਰਨੈਟ ਆਦਿ ਨੂੰ ਪਾਸਵਰਡ ਦੇ ਰੂਪ ਵਿੱਚ ਸੈੱਟ ਕਰਨ ਦੀ ਆਗਿਆ ਨਹੀਂ ਹੈ। ਕਾਰਡ ਦੇ ਨਵੀਨੀਕਰਨ, ਅਪਗ੍ਰੇਡ ਜਾਂ ਕੈਂਸਲੇਸ਼ਨ ਦੇ ਸਮੇਂ ਉਸ ਨੂੰ ਸੁੱਟਣ ਤੋਂ ਪਹਿਲਾਂ 4 ਹਿੱਸਿਆਂ ਵਿੱਚ ਕੱਟ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਕਾਰਡ ਦਾ ਇਸਤੇਮਾਲ ਹਾਈ ਰਿਸਕ ਕੰਟਰੀ ਵਿੱਚ ਕੀਤਾ ਹੈ ਤੇ ਆਪਣੇ ਕਾਰਡ ਨੂੰ ਗਾਹਕ ਸੇਵਾ ਪ੍ਰਤੀਨਿਧੀ ਨਾਲ ਗੱਲ ਕਰਕੇ ਬਦਲਵਾ ਲਓ। ਜੇਕਰ ਕਾਰਡ ਗੁਆਚ ਜਾਂਦਾ ਹੈ, ਚੋਰੀ ਹੋ ਜਾਂਦਾ ਹੈ ਜਾਂ ਫਿਰ ਇਸ ਦੇ ਪਿੰਨ ਦਾ ਖੁਲਾਸਾ ਕਿਸੇ ਤੀਸਰੇ ਵਿਅਕਤੀ ਦੇ ਸਾਹਮਣੇ ਹੋ ਜਾਂਦਾ ਹੈ, ਤੇ ਕਿਰਪਾ ਕਰਕੇ ਬੈਂਕ ਦੇ ਪ੍ਰਤੀਨਿਧੀਆਂ ਨੂੰ ਤੁਰੰਤ ਸੂਚਿਤ ਕਰੋ। ਆਪਣਾ ਕ੍ਰੈਡਿਟ ਕਾਰਡ ਕਿਸੇ ਨੂੰ ਵੀ ਨਾ ਦਿਓ, ਚਾਹੇ ਕੋਈ ਆਪਣੇ ਆਪ ਨੂੰ ਕਿਸੇ ਬੈਂਕ ਦਾ ਪ੍ਰਤੀਨਿਧੀ ਹੀ ਕਿਉਂ ਨਾ ਦੱਸੇ। ਕਿਸੇ ਨੂੰ ਵੀ ਆਪਣਾ ਕਾਰਡ ਨੰਬਰ, ਐਕਸਪਾਇਰੀ ਡੇਟ ਅਤੇ CVV ਨੰਬਰ ਨਾ ਦੱਸੋ। ਆਪਣੇ ਕਾਰਡ ਦਾ ਇਸਤੇਮਾਲ ਗੇਮਿੰਗ, ਪੋਰਨੋਗ੍ਰਾਫੀ, ਲਾਟਰੀ, ਜੂਆ ਜਾਂ ਅਸੁਰੱਖਿਅਤ ਭੁਗਤਾਨ ਵਾਲੀ ਸਾਈਟਸ ਤੇ ਨਾ ਇਸਤੇਮਾਲ ਕਰੋ। ATM ਪਿੰਨ ਨੂੰ ਕਾਰਡ ਤੇ ਨਾ ਲਿਖੋ। ਕਿਸੇ ਨੂੰ ਵੀ ਆਪਣੇ ਕ੍ਰੈਡਿਟ ਕਾਰਡ ਦੇ ਅੱਗੇ ਜਾਂ ਪਿੱਛੇ ਦੀ ਫੋਟੋ ਕਾਪੀ ਨਾ ਦਿਓ, ਚਾਹੇ ਕੋਈ ਵੀ ਕਾਰਨ ਕਿਉਂ ਨਾ ਹੋਵੇ। ਖਾਲੀ ਐਪਲੀਕੇਸ਼ਨ ਫਾਰਮ ਤੇ ਸਾਈਨ ਨਾ ਕਰੋ ਜੋ ਕਿਸੇ ਏਜੰਟ ਜਾਂ ਬੈਂਕ ਪ੍ਰਤੀਨਿਧੀ ਦੁਆਰਾ ਬਾਅਦ ਵਿੱਚ ਭਰਿਆ ਜਾਣਾ ਹੈ। ਆਪਣੇ ਇੰਟਰਨੈਟ ਬੈਂਕਿੰਗ ਅਕਾਊਂਟ ਨੂੰ ਕਿਸੇ ਅਸੁਰੱਖਿਅਤ ਪਬਲਿਕ ਕੰਪਿਊਟਰ ਤੇ ਨਾ ਖੋਲੋ। ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਿਸੇ ਅਸੁਰੱਖਿਅਤ ਵੈਬਸਾਈਟ ਤੇ ਨਾ ਕਰੋ। ਕੋਈ ਵੀ ਆਨਲਾਈਨ ਟ੍ਰਾਂਜੈਕਸ਼ਨ ਕਰਨ ਤੋਂ ਪਹਿਲਾਂ ਹਮੇਸ਼ਾ ਸ਼ੀਰਸ਼ ਤੇ ਐਡਰੈਸ ਬਾਰ ਨੂੰ ਨੋਟਿਸ ਕਰੋ, ਜੋ ਕਿ HTTPS ਦੇ ਨਾਲ ਸ਼ੁਰੂ ਹੁੰਦਾ ਹੈ ਅਤੇ ਉੱਥੇ ਇੱਕ ਕਲੋਜ਼ਡ ਗੋਲਡਨ ਪੈਡਲੌਕ ਹੁੰਦਾ ਹੈ। ਕਿਸੇ ਵੀ ਅਸੁਰੱਖਿਅਤ ਵੈਬਸਾਈਟ ਤੇ ਆਪਣੇ ਕਾਰਡ ਦੀ ਵਰਤੋਂ ਨਾ ਕਰੋ ਜਿਸ ਦੇ ਵਿੱਚ ਲੌਕ ਸਿੰਬਲ ਨਾ ਹੋਵੇ। ਇਹ ਨਿਸ਼ਾਨ ਦੱਸਦਾ ਹੈ ਕਿ ਸਾਈਟ ਤੁਹਾਡੇ ਸੰਵੇਦਨਸ਼ੀਲ ਡੇਟਾ ਦੇ ਪ੍ਰਸਾਰਣ ਜਾਂ ਟ੍ਰਾਂਸਮਿਸ਼ਨ ਦੇ ਦੌਰਾਨ ਇੱਕ ਇਨਕ੍ਰਿਪਸ਼ਨ ਟੈਕਨੋਲੋਜੀ ਦੀ ਵਰਤੋਂ ਕਰ ਰਹੀ ਹੈ। ਕਿਸੇ ਵੀ ਈਮੇਲ ਜਾਂ SMS ਦੇ ਜਾਲ ਵਿੱਚ ਨਾ ਫਸੋ ਜੋ ਤੁਹਾਡੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਮੰਗ ਰਿਹਾ ਹੋਵੇ। ਕਦੀ ਵੀ ਉਹਨਾਂ ਈਮੇਲਸ ਅਤੇ ਅਣਜਾਣ ਕਾਲਸ ਦਾ ਜਵਾਬ ਨਾ ਦਿਓ ਜੋ ਆਕਰਸ਼ਕ ਯੋਜਨਾਵਾਂ ਦੇ ਰਾਹੀਂ ਤੁਹਾਡੀ ਪਰਸਨਲ ਜਾਣਕਾਰੀ ਅਤੇ ਕਾਰਡ ਨੰਬਰ ਮੰਗ ਰਿਹਾ ਹੋਵੇ। ਹੁਣ ਤੁਸੀਂ ਕਾਰਡ ਦੇ ਬਾਰੇ ਵਿੱਚ ਬਹੁਤ ਕੁਝ ਜਾਣ ਚੁੱਕੇ ਹੋ ਤੇ ਚਲੋ ਇਸ ਐਕਟੀਵਿਟੀ ਵਿੱਚ ਹਿੱਸਾ ਲੈਂਦੇ ਹਾਂ। USSD ਦਾ ਮਤਲਬ ਹੈ ਅਨਸਟ੍ਰਕਚਰਡ ਸਪਲੀਮੈਂਟਰੀ ਸਰਵਿਸ ਡੇਟਾ। ਇਹ ਸੇਵਾ ਹਰ ਉਪਭੋਗਤਾ ਨੂੰ ਨੈਸ਼ਨਲ ਯੂਨੀਫਾਈਡ USSD ਪਲੇਟਫਾਰਮ ਯਾਨੀ NUUP ਦੁਆਰਾ ਪ੍ਰਦਾਨ ਕੀਤੇ ਗਏ ਇੱਕ ਛੋਟੇ ਜਿਹੇ ਕੋਡ *99# ਦੇ ਨਾਲ ਬੈਂਕਿੰਗ ਸੇਵਾਵਾਂ ਦਾ ਉਪਯੋਗ ਕਰਨ ਦੀ ਇਜਾਜ਼ਤ ਦਿੰਦੀ ਹੈ।
ਇਸ ਦਾ ਇਸਤੇਮਾਲ ਪ੍ਰਤੀ ਦਿਨ 5,000 ਰੁਪਏ ਤੱਕ ਦੇ ਭੁਗਤਾਨ ਕਰਨ ਲਈ ਕੀਤਾ ਜਾ ਸਕਦਾ ਹੈ। *99# NPCI ਇੱਕ USSD ਆਧਾਰਿਤ ਮੋਬਾਈਲ ਬੈਂਕਿੰਗ ਸੇਵਾ ਹੈ ਜੋ ਬੈਂਕਾਂ ਅਤੇ ਦੂਰ ਸੰਚਾਰ ਸੇਵਾ ਪ੍ਰਦਾਨ ਕਰਤਾਵਾਂ ਨੂੰ ਇਕੱਠਾ ਲਿਆਂਦਾ ਹੈ। ਰਜਿਸਟਰਡ ਮੋਬਾਈਲ ਨੰਬਰ ਤੇ *99# ਡਾਇਲ ਕਰਕੇ ਇੱਕ ਗ੍ਰਾਹਕ ਸਾਰੇ ਵਿੱਤੀ ਸੇਵਾਵਾਂ ਤੱਕ ਪਹੁੰਚ ਸਕਦਾ ਹੈ। ਇਹ ਸੇਵਾ ਸਾਰੀ GSM ਸੇਵਾ ਪ੍ਰਦਾਤਾਵਾਂ ਅਤੇ ਹੈਂਡਸੈਟ ਤੇ ਕੰਮ ਕਰਦੀ ਹੈ। ਇਹ ਸੇਵਾ ਨੂੰ ਪਾਉਣ ਦੇ ਲਈ ਕਿੰਨਾ ਕਿੰਨਾ ਚੀਜ਼ਾਂ ਦੀ ਲੋੜ ਹੁੰਦੀ ਹੈ? ਇਸ ਦੇ ਲਈ ਤੁਹਾਡਾ ਇੱਕ ਬੈਂਕ ਅਕਾਊਂਟ, GSM ਨੈਟਵਰਕ ਵਾਲਾ ਕੋਈ ਵੀ ਮੋਬਾਈਲ ਫੋਨ ਅਤੇ ਇੱਕ ਰਜਿਸਟਰਡ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ। ਮੇਰੇ ਕੋਲ ਇਹ ਸਭ ਹੈ, ਪਰ ਮੈਂ ਸੇਵਾ ਸ਼ੁਰੂ ਕਿਵੇਂ ਕਰਾਂ? ਪਹਿਲਾਂ ਆਪਣੀ ਬੈਂਕ ਦੀ ਬ੍ਰਾਂਚ ਤੇ ਜਾਓ ਅਤੇ ਆਪਣਾ ਮੋਬਾਈਲ ਨੰਬਰ ਆਪਣੇ ਬੈਂਕ ਅਕਾਊਂਟ ਨਾਲ ਲਿੰਕ ਕਰੋ। ਛੇਤੀ ਹੀ ਤੁਹਾਨੂੰ UPI ਪਿੰਨ ਜਾਂ UPIN ਮਿਲੇਗਾ ਜਿਸ ਨੂੰ ਤੁਹਾਨੂੰ ਯਾਦ ਰੱਖਣਾ ਹੋਵੇਗਾ। ਇਹ ਬਹੁਤ ਹੀ ਆਸਾਨ ਹੈ, ਮੈਂ ਇਹਨੂੰ ਛੇਤੀ ਹੀ ਸ਼ੁਰੂ ਕਰਵਾ ਦਿਆਂਗਾ। ਯਾਦ ਰਵੇ, NUUP ਸੇਵਾਵਾਂ ਤੇ ਸ਼ੁਲਕ ਲੱਗੇਗਾ, ਹਾਲਾਂਕਿ ਟ੍ਰਾਈ ਨੇ ਪ੍ਰਤੀ ਟ੍ਰਾਂਜੈਕਸ਼ਨ ਦੀ ਅਧਿਕਤਮ ਸੀਮਾ 1.5 ਰੁਪਏ ਨਿਰਧਾਰਿਤ ਕੀਤੀ ਹੈ। ਕੋਈ ਵੀ ਇਕਦਮ ਸਹੀ ਚਾਰਜ ਦੀ ਪੁਸ਼ਟੀ ਦੇ ਲਈ ਸੰਬੰਧਿਤ ਦੂਰ ਸੰਚਾਰ ਸੇਵਾ ਆਪਰੇਟਰ ਦੇ ਨਾਲ ਸੰਪਰਕ ਕਰ ਸਕਦਾ ਹੈ। ਕੀ ਤੁਸੀਂ ਸਾਨੂੰ USSD ਦੇ ਲਾਭ ਬਾਰੇ ਦੱਸ ਸਕਦੇ ਹੋ? ਹਾਂ ਬਿਲਕੁਲ, USSD ਸਿੰਪਲ ਅਤੇ ਇਸਤੇਮਾਲ ਕਰਨ ਵਿੱਚ ਆਸਾਨ ਹੈ। ਇਹ SMS ਤੋਂ ਜ਼ਿਆਦਾ ਸੁਰੱਖਿਅਤ ਹੈ। ਇਹ ਲਗਭਗ ਹਰ GSM ਹੈਂਡਸੈਟ ਤੇ ਕੰਮ ਕਰਦਾ ਹੈ। ਇਸ ਦੇ ਲਈ GPRS ਕਨੈਕਸ਼ਨ ਦੀ ਲੋੜ ਨਹੀਂ ਹੁੰਦੀ ਹੈ। ਬਹੁਤ ਵਧੀਆ, ਪਰ ਅਸੀਂ ਇਸ ਸੁਵਿਧਾ ਦਾ ਇਸਤੇਮਾਲ ਪੈਸੇ ਟ੍ਰਾਂਸਫਰ ਕਰਨ ਲਈ ਕਿਵੇਂ ਕਰ ਸਕਦੇ ਹਾਂ? ਇਹ ਇੱਕ ਬਹੁਤ ਹੀ ਸਧਾਰਨ ਪ੍ਰੋਸੈਸ ਹੈ। ਆਪਣੇ ਮੋਬਾਈਲ ਫੋਨ ਨੂੰ ਆਪਣੇ ਬੈਂਕ ਨਾਲ ਲਿੰਕ ਕਰੋ। ਆਪਣੇ ਰਜਿਸਟਰਡ ਮੋਬਾਈਲ ਨੰਬਰ ਤੇ *99# ਡਾਇਲ ਕਰੋ। ਓਕੇ ਦੇ ਵਿਕਲਪ ਦੇ ਨਾਲ ਇੱਕ ਵੈਲਕਮ ਵਿੰਡੋ ਖੁੱਲਦੀ ਹੈ। ਓਕੇ ਤੇ ਕਲਿੱਕ ਕਰੋ। ਤੁਹਾਨੂੰ ਵੱਖੋ ਵੱਖ ਭਾਸ਼ਾਵਾਂ ਦੀ ਵਿੰਡੋ ਮਿਲੇਗੀ। ਉਸ ਤੇ ਕਲਿੱਕ ਕਰਕੇ ਆਪਣੀ ਭਾਸ਼ਾ ਚੁਣੋ। ਬੈਂਕ ਵੇਰਵਾ ਦੇ ਵਿਕਲਪ ਵਾਲਾ ਇੱਕ ਵਿੰਡੋ ਖੁੱਲ ਜਾਵੇਗਾ। ਜ਼ਰੂਰੀ ਵੇਰਵਾ ਦਰਜ ਕਰੋ। ਇਸ ਦੇ ਅਲਾਵਾ ਤੁਹਾਨੂੰ ਦਿੱਤੀ ਗਈ ਚੋਣਾਂ ਦੇ ਨਾਲ ਮਿਲਦੇ ਜੁਲਦੇ ਨੰਬਰਾਂ ਨੂੰ ਦਬਾ ਕੇ ਆਪਣੇ ਬੈਂਕਿੰਗ ਵਿਕਲਪ ਦੀ ਚੋਣ ਕਰਨੀ ਹੋਵੇਗੀ। ਫਿਰ ਆਪਣਾ ਰੈਫਰਲ ਕੋਡ ਦਰਜ ਕਰੋ ਜਾਂ ਤੁਸੀਂ ਇੱਕ ਦਬਾ ਕੇ ਇਸ ਵਿੰਡੋ ਨੂੰ ਛੱਡ ਸਕਦੇ ਹੋ ਅਤੇ ਸੈਂਡ ਵਿਕਲਪ ਤੇ ਕਲਿੱਕ ਕਰ ਸਕਦੇ ਹੋ। ਹੁਣ ਤੁਸੀਂ ਆਪਣੇ ਮੁਤਾਬਿਕ ਪੈਸੇ ਭੇਜਣ ਦਾ ਵਿਕਲਪ ਚੁਣੋ। ਉਸ ਦੇ ਬਾਅਦ ਲਾਭਪਾਤਰੀ ਦਾ IFSC ਕੋਡ ਦਰਜ ਕਰੋ ਅਤੇ ਫਿਰ ਅਗਲੇ ਵਿੰਡੋ ਵਿੱਚ ਲਾਭਪਾਤਰੀ ਦਾ ਅਕਾਊਂਟ ਨੰਬਰ ਦਰਜ ਕਰੋ। ਫਿਰ ਉਸ ਰਕਮ ਨੂੰ ਦਰਜ ਕਰੋ ਜਿਸ ਨੂੰ ਤੁਸੀਂ ਟ੍ਰਾਂਸਫਰ ਕਰਨਾ ਚਾਹੁੰਦੇ ਹੋ। ਅਖੀਰ ਵਿੱਚ ਟ੍ਰਾਂਜੈਕਸ਼ਨ ਪੂਰਾ ਕਰਨ ਦੇ ਲਈ ਆਪਣਾ UPI ਪਿੰਨ ਦਰਜ ਕਰੋ। ਹੁਣ ਤੁਸੀਂ USSD ਦੇ ਬਾਰੇ ਵਿੱਚ ਸਿੱਖਿਆ। ਚਲੋ ਹੁਣ ਅਸੀਂ ਇੱਕ ਐਕਟੀਵਿਟੀ ਵਿੱਚ ਹਿੱਸਾ ਲੈਂਦੇ ਹਾਂ। APES ਦਾ ਮਤਲਬ ਹੈ ਆਧਾਰ ਇਨੇਬਲਡ ਪੇਮੈਂਟ ਸਿਸਟਮ। ਇਹ ਸੇਵਾ ਇੱਕ ਬੈਂਕ ਗਾਹਕ ਨੂੰ ਆਧਾਰ ਦਾ ਇਸਤੇਮਾਲ ਆਪਣੇ ਪਹਿਚਾਣ ਦੇ ਰੂਪ ਵਿੱਚ ਕਰਕੇ ਸੰਬੰਧਿਤ ਆਧਾਰ ਤੇ ਬੈਂਕ ਅਕਾਊਂਟ ਅਤੇ ਬੇਸਿਕ ਬੈਂਕਿੰਗ ਟ੍ਰਾਂਜੈਕਸ਼ਨ ਕਰਨ ਦਾ ਅਧਿਕਾਰ ਦਿੰਦੀ ਹੈ। ਇਹ ਬੈਂਕਿੰਗ ਕੋਰਸਪੋਂਡੈਂਟ BC ਜਾਂ VLE ਦੀ ਮਦਦ ਤੇ POS ਯਾਨੀ ਮਾਈਕਰੋ ATM ਤੇ ਬੈਂਕ ਤੋਂ ਬੈਂਕ ਟ੍ਰਾਂਜੈਕਸ਼ਨ ਦੀ ਇਜਾਜ਼ਤ ਦਿੰਦਾ ਹੈ। ਯੂਜ਼ਰ ਆਪਣੇ ਅਕਾਊਂਟ ਨੂੰ ਆਪਣੇ ਆਧਾਰ ਨੰਬਰ ਦੇ ਜ਼ਰੀਏ ਜਾਂ ਫਿਰ BC ਜਾਂ VLE ਦੀ ਮਦਦ ਨਾਲ ਸ਼ੁਰੂ ਕਰ ਸਕਦੇ ਹਨ। ਯੂਜ਼ਰ ਕਿਸੇ ਵੀ AEPIS ਕੇਂਦਰ ਤੇ ਬਿਨਾਂ ਕਿਸੇ ਪਿੰਨ ਜਾਂ ਪਾਸਵਰਡ ਦੇ ਕਈ ਸਾਰੇ ਟ੍ਰਾਂਜੈਕਸ਼ਨ ਕਰ ਸਕਦਾ ਹੈ। ਇਹ ਕਾਫੀ ਦਿਲਚਸਪ ਲੱਗ ਰਿਹਾ ਹੈ। ਮੈਨੂੰ ਇਹ ਸੇਵਾ ਨੂੰ ਸ਼ੁਰੂ ਕਰਨ ਲਈ ਕਿੰਨਾ ਚੀਜ਼ਾਂ ਦੀ ਲੋੜ ਹੋਏਗੀ? ਤੁਹਾਨੂੰ ਸਿਰਫ 3 ਚੀਜ਼ਾਂ ਦੀ ਲੋੜ ਹੈ। IIN ਇਹ ਜਾਣਨ ਲਈ ਕਿ ਤੁਸੀਂ ਕਿਸ ਬੈਂਕ ਦੇ ਨਾਲ ਜੁੜੇ ਹੋਏ ਹੋ।
ਆਧਾਰ ਨੰਬਰ, ਐਨਰੋਲਮੈਂਟ ਦੇ ਦੌਰਾਨ ਫਿੰਗਰਪ੍ਰਿੰਟ ਦੀ ਛਾਪ। ਕਿਰਪਾ ਕਰਕੇ ਸਾਨੂੰ AEPS ਦੁਆਰਾ ਦਿੱਤੀ ਜਾਣ ਵਾਲੀ ਵੱਖੋ ਵੱਖ ਸੇਵਾਵਾਂ ਬਾਰੇ ਦੱਸੋ। AEPS ਨਿਮਨ ਪ੍ਰਕਾਰ ਦੇ ਬੈਂਕਿੰਗ ਟ੍ਰਾਂਜੈਕਸ਼ਨ ਦੇ ਲਈ ਇਸਤੇਮਾਲ ਹੁੰਦੀ ਹੈ, ਜਿਵੇਂ ਕਿ ਬਕਾਇਆ ਰਕਮ ਦੀ ਜਾਣਕਾਰੀ, ਰਕਮ ਕੱਢਣ, ਰਕਮ ਜਮ੍ਹਾਂ ਕਰਨ, ਆਧਾਰ ਤੇ ਆਧਾਰ ਫੰਡ ਟ੍ਰਾਂਸਫਰ ਕਰਨ ਲਈ, ਉਚਿਤ ਮੁੱਲ ਦੀ ਦੁਕਾਨ ਤੇ ਖਰੀਦਦਾਰੀ ਕਰਨ ਲਈ। UPI ਦਾ ਮਤਲਬ ਹੈ ਯੂਨੀਫਾਈਡ ਪੇਮੈਂਟਸ ਇੰਟਰਫੇਸ। ਇਹ ਸਿਸਟਮ ਦਾ ਇਸਤੇਮਾਲ ਸਮਾਰਟਫੋਨ ਦੇ ਰਾਹੀਂ ਤੁਰੰਤ ਇਲੈਕਟ੍ਰੋਨਿਕ ਭੁਗਤਾਨ ਲਈ ਕੀਤਾ ਜਾਂਦਾ ਹੈ। ਇਹ ਇਮੀਡੀਏਟ ਪੇਮੈਂਟ ਸਰਵਿਸ IMPS ਦਾ ਇੱਕ ਐਡਵਾਂਸ ਵਰਜਨ ਹੈ। UPI 24 ਘੰਟੇ ਫੰਡ ਨੂੰ ਟ੍ਰਾਂਸਫਰ ਕਰਨ ਦੀ ਸੁਵਿਧਾ ਦਿੰਦਾ ਹੈ। ਇਹ ਫੋਨ ਦਾ ਇਸਤੇਮਾਲ ਕਰਕੇ ਉਪਭੋਗਤਾ ਦੀ ਆਈਡੈਂਟੀਟੀ ਨੂੰ ਪ੍ਰਮਾਣਿਤ ਕਰਦਾ ਹੈ। ਇਹ ਪੂਰੇ 365 ਦਿਨ 24 ਘੰਟੇ ਕੰਮ ਕਰਦਾ ਹੈ। ਮੈਂ ਸੇਵਾ ਦੀ ਵਰਤੋਂ ਕਿਵੇਂ ਕਰ ਸਕਣਾ? ਇਸ ਸਰਵਿਸ ਦਾ ਲਾਭ ਲੈਣ ਦੇ ਲਈ ਤੁਹਾਨੂੰ ਬਸ ਦੋ ਚੀਜ਼ਾਂ ਦੀ ਲੋੜ ਹੋਵੇਗੀ। ਇੱਕ ਮੋਬਾਈਲ ਜਿਸ ਦੇ ਵਿੱਚ UPI ਐਪ ਹੋਵੇ, ਅਤੇ ਇੱਕ ਬੈਂਕ ਅਕਾਊਂਟ। ਕਿਰਪਾ ਕਰਕੇ ਸਾਨੂੰ ਦੱਸੋ ਕਿ ਇਹ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਹੈ। ਬਿਲਕੁਲ, ਇਹ ਇੱਕ ਆਸਾਨ 3 ਸਟੈਪਸ ਦਾ ਪ੍ਰੋਸੀਜਰ ਹੈ। ਪਹਿਲੇ ਸਟੈਪ ਵਿੱਚ ਆਪਣੇ ਬੈਂਕ ਦਾ UPI ਐਪ ਡਾਊਨਲੋਡ ਕਰੋ। ਉਸ ਤੋਂ ਬਾਅਦ ਆਪਣਾ ਨਾਮ ਜਾਂ ਫੋਨ ਨੰਬਰ ਪਾ ਕੇ ਇੱਕ ਵਰਚੁਅਲ ID ਬਣਾਓ ਅਤੇ ਆਪਣੇ ਅਕਾਊਂਟ ਡਿਟੇਲਸ ਨਾਲ ਰਜਿਸਟਰ ਕਰੋ। ਯਾਦ ਰੱਖੋ, ਇਹ ਪ੍ਰਕਿਰਿਆ ਬਸ ਇੱਕ ਵਾਰੀ ਹੀ ਕਰਨੀ ਹੁੰਦੀ ਹੈ। ਹੁਣ ਦੂਜੇ ਸਟੈਪ ਵਿੱਚ ਖਰੀਦੇ ਜਾਣ ਵਾਲੀ ਚੀਜ਼ਾਂ ਨੂੰ ਆਪਣੀ ਕਾਰਟ ਨਾਲ ਜੋੜੋ, ਫਿਰ ਪੇਮੈਂਟ ਆਪਸ਼ਨ ਤੇ ਜਾਓ ਅਤੇ ਪੇਮੈਂਟ ਥਰੂ UPI ਦੀ ਚੋਣ ਕਰੋ। ਵਪਾਰੀ ਨੂੰ ਆਪਣਾ ਵਰਚੁਅਲ ID ਮੁਹੱਈਆ ਕਰਾਓ। ਤੀਜੇ ਸਟੈਪ ਵਿੱਚ ਆਨਲਾਈਨ ਖਰੀਦ ਦੇ ਲਈ ਤੁਹਾਡੀ ਮਨਜ਼ੂਰੀ ਮੰਗਦੇ ਹੋਏ ਇੱਕ ਪੌਪਅਪ ਵਿੰਡੋ ਤੁਹਾਡੇ ਮੋਬਾਈਲ ਦੇ UPI ਐਪ ਵਿੱਚ ਆਵੇਗੀ। ਸੇਫਟੀ ਪਿੰਨ ਐਂਟਰ ਕਰਨ ਤੋਂ ਬਾਅਦ ਸਫਲ ਪੇਮੈਂਟ ਦੀ ਕਨਫਰਮੇਸ਼ਨ ਤੁਹਾਡੇ ਫੋਨ ਤੇ ਭੇਜੀ ਜਾਵੇਗੀ। ਪਰ ਕੀ ਮੈਨੂੰ ਇਸ ਸੇਵਾ ਦੀ ਵਰਤੋਂ ਕਰਨ ਲਈ ਆਪਣੀ ਬੈਂਕ ਡਿਟੇਲਸ ਨੂੰ ਸ਼ੇਅਰ ਕਰਨ ਦੀ ਲੋੜ ਹੈ? ਨਹੀਂ, UPI ਵਿੱਚ ਉਪਭੋਗਤਾ ਦਾ ਨਾਮ, ਬੈਂਕ ਅਕਾਊਂਟ ਨੰਬਰ, IFSC ਜਾਂ ਬੈਂਕ ਦੀ ਬ੍ਰਾਂਚ ਵਰਗੀ ਜਾਣਕਾਰੀ ਨੂੰ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਦੇ ਵਿੱਚ ਡੈਬਿਟ ਕਾਰਡ ਵਰਗੇ ਭੌਤਿਕ ਉਪਕਰਨਾਂ ਦੀ ਵਰਤੋਂ ਕਰਨ ਦੀ ਵੀ ਲੋੜ ਨਹੀਂ ਹੁੰਦੀ ਹੈ। ਨੈੱਟ ਬੈਂਕਿੰਗ ਵਰਗੇ ਮਲਟੀ ਸਟੈਪ ਪ੍ਰਕਿਰਿਆ ਦੇ ਇਸਤੇਮਾਲ ਦੀ ਵੀ ਕੋਈ ਲੋੜ ਨਹੀਂ ਹੈ। ਇਹ ਬਹੁਤ ਆਸਾਨ ਐਪਲੀਕੇਸ਼ਨ ਹੈ ਅਤੇ ਇਸ ਨੂੰ ਕੋਈ ਵੀ ਇਸਤੇਮਾਲ ਕਰ ਸਕਦਾ ਹੈ। ਇਹ ਤਤਕਾਲ ਅਤੇ ਸੁਰੱਖਿਅਤ ਪ੍ਰਮਾਣਿਕਤਾ ਮੁਹੱਈਆ ਕਰਦਾ ਹੈ ਅਤੇ ਇਸ ਨੂੰ ਕਿਤੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਇੱਕ ਪੂਰੀ ਤਰ੍ਹਾਂ ਨਕਦਹੀਨ ਡਿਜੀਟਲ ਸਮਾਜ ਦੇ ਲਈ ਮਾਰਗ ਖੋਲਦਾ ਹੈ। ਚਲਾਨ ਦੇ ਵਾਂਗ ਪੈਸੇ ਦੀ ਬੇਨਤੀ ਭੇਜਣ ਲਈ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਪਭੋਗਤਾ UPI ਦਾ ਇਸਤੇਮਾਲ ਆਮ ਬਿੱਲ ਅਤੇ ਸਕੂਲ ਦੀ ਫੀਸ ਦਾ ਆਨਲਾਈਨ ਭੁਗਤਾਨ ਕਰਨ ਲਈ ਵੀ ਕਰ ਸਕਦਾ ਹੈ। ਇਹ ਸੇਵਾ ਦੀ ਵਰਤੋਂ ਕਰਨ ਲਈ ਮੈਨੂੰ ਕਿਹੜੀ ਮੋਬਾਈਲ ਐਪ ਡਾਊਨਲੋਡ ਕਰਨੀ ਚਾਹੀਦੀ ਹੈ? ਤੁਸੀਂ ਭਾਰਤ ਦੇ ਰਾਸ਼ਟਰੀ ਭੁਗਤਾਨ ਨਿਗਮ NPCI ਦੁਆਰਾ ਵਿਕਸਿਤ ਭੀਮ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਭੀਮ ਨੂੰ ਇੱਕ ਪਹਿਲ ਦੇ ਤਹਿਤ ਮੋਬਾਈਲ ਫੋਨ ਦੇ ਜ਼ਰੀਏ ਤੇਜ਼, ਸੁਰੱਖਿਅਤ ਅਤੇ ਭਰੋਸੇਮੰਦ ਨਕਦਹੀਨ ਭੁਗਤਾਨ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਸੀ। ਭੀਮ UPI ਐਪਲੀਕੇਸ਼ਨ ਅਤੇ ਬੈਂਕ ਅਕਾਊਂਟਸ ਦੇ ਨਾਲ ਸੰਚਾਲਿਤ ਕੀਤਾ ਜਾਂਦਾ ਹੈ। ਕੀ ਤੁਸੀਂ ਭੀਮ ਐਪ ਦੇ ਬਾਰੇ ਵਿੱਚ ਡਿਟੇਲ ਵਿੱਚ ਦੱਸ ਸਕਦੇ ਹੋ? ਜੀ ਬਿਲਕੁਲ, ਭੀਮ ਐਪ ਦੀ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹੈ ਬੈਲੈਂਸ ਅਤੇ ਟ੍ਰਾਂਜੈਕਸ਼ਨ ਦੇ ਵੇਰਵੇ ਦੀ ਜਾਂਚ, QR ਕੋਡਸ ਦਾ ਇਸਤੇਮਾਲ ਕਰਦੇ ਹੋਏ ਪੈਸਾ ਭੇਜਣਾ ਅਤੇ ਪ੍ਰਾਪਤ ਕਰਨਾ, 10,000 ਰੁਪਏ ਤੋਂ 20,000 ਰੁਪਏ ਤੱਕ ਦੇ ਭੁਗਤਾਨ ਦੇ ਟ੍ਰਾਂਜੈਕਸ਼ਨ ਦੀ 24 ਘੰਟੇ ਆਗਿਆ ਦੇਣਾ, ਪੇਮੈਂਟ ਐਡਰੈਸ ਦੇ ਰਾਹੀਂ ਪੈਸਾ ਭੇਜਣਾ ਅਤੇ ਪੈਸੇ ਦੀ ਬੇਨਤੀ ਕਰਨਾ, ਮੋਬਾਈਲ ਨੰਬਰ ਤੇ ਪੈਸਾ ਭੇਜਣਾ ਜਾਂ ਉਸ ਦੇ ਲਈ ਬੇਨਤੀ ਕਰਨਾ, ਮੋਬਾਈਲ ਨੰਬਰ
MMID ਦੇ ਜ਼ਰੀਏ ਤੇ ਪੈਸਾ ਭੇਜਣਾ, IFFC ਕੋਡ ਅਕਾਊਂਟ ਨੰਬਰ ਦੇ ਰਾਹੀਂ ਧਨ ਭੇਜਣਾ। ਭੁਗਤਾਨ ਅਤੇ ਸਕੈਨ ਵਿਕਲਪ ਦੀ ਵਰਤੋਂ ਕਰਕੇ ਮਰਚੈਂਟ ਪੇਮੈਂਟਸ ਕਰਨਾ। ਆਧਾਰ ਸੰਖਿਆ ਤੇ ਪੈਸਾ ਭੇਜਣਾ। ਕਿਸੇ ਵੀ ਬੈਂਕ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਨਾ। ਪੈਸਾ ਪ੍ਰਾਪਤ ਕਰਨ ਵਾਲੇ ਦਾ ਐਡਵਾਂਸ ਰਜਿਸਟ੍ਰੇਸ਼ਨ ਅਤੇ ਲਾਭਪਾਤਰੀ ਦੇ ਬੈਂਕ ਅਕਾਊਂਟ ਨੰਬਰ ਦੀ ਲੋੜ ਨਹੀਂ ਹੈ। ਪੈਸਿਆਂ ਦਾ ਟ੍ਰਾਂਸਫਰ ਤੁਰੰਤ ਅਤੇ ਕਿਤੇ ਵੀ। ਭੀਮ ਐਪ ਦੀ ਕੁਝ ਸੀਮਾਵਾਂ ਹਨ। ਇੱਕ ਟਾਈਮ ਤੇ ਸਿਰਫ ਇੱਕ ਬੈਂਕ ਅਕਾਊਂਟ ਜੋੜਿਆ ਜਾ ਸਕਦਾ ਹੈ। ਸਿਰਫ ਦੋ ਵਰਚੁਅਲ ਪੇਮੈਂਟ ਐਡਰੈਸ ਜਾਂ ਵਰਚੁਅਲ ਭੁਗਤਾਨ ਪਤੇ ਦੀ ਆਗਿਆ ਹੈ। ਆਪਣੇ ਆਪ ਹੀ ਪਹਿਲਾਂ ਹੀ VPA ਤੁਹਾਡੇ ਮੋਬਾਈਲ ਨੰਬਰ ਤੇ ਜੁੜਿਆ ਹੋਇਆ ਹੈ। ਅਸੀਂ ਇਸ ਐਪ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ? ਭੀਮ ਐਪ ਨੂੰ ਸ਼ੁਰੂ ਕਰਨ ਦੇ ਲਈ ਤੁਹਾਨੂੰ ਕੁਝ ਸੌਖੇ ਸਟੈਪਸ ਦਾ ਪਾਲਣ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਤੇ ਜਾਓ ਅਤੇ ਭੀਮ ਐਪ ਨੂੰ ਸਰਚ ਕਰੋ। ਐਪ ਸੂਚੀ ਤੇ ਭੀਮ ਐਪ ਦਾ ਚੋਣ ਕਰੋ ਅਤੇ ਇਸ ਨੂੰ ਇੰਸਟਾਲ ਕਰੋ। ਇੰਸਟਾਲੇਸ਼ਨ ਦੇ ਬਾਅਦ ਭੀਮ ਸ਼ੁਰੂ ਕਰਨ ਲਈ ਓਪਨ ਤੇ ਕਲਿੱਕ ਕਰੋ। ਫੇਰ ਆਪਣੀ ਭਾਸ਼ਾ ਚੁਣੋ ਅਤੇ ਨੈਕਸਟ ਬਟਨ ਤੇ ਕਲਿੱਕ ਕਰੋ। ਦੁਬਾਰਾ ਅਗ੍ਰਿਮ ਯਾਨੀ ਸਬਸੀਕੁਐਂਟ ਵਿੰਡੋ ਦੇ ਨੈਕਸਟ ਟੈਬ ਤੇ ਕਲਿੱਕ ਕਰੋ। ਲੈਟਸ ਗੈਟ ਸਟਾਰਟਿਡ ਬਟਨ ਤੇ ਕਲਿੱਕ ਕਰੋ। ਨੈਕਸਟ ਬਟਨ ਕਲਿੱਕ ਕਰਕੇ ਆਪਣਾ ਮੋਬਾਈਲ ਨੰਬਰ ਵੈਰੀਫਾਈ ਕਰੋ। ਫੇਰ ਆਪਣਾ ਪਾਸਕੋਡ ਸੈੱਟ ਕਰੋ ਅਤੇ ਇਸ ਦੀ ਪੁਸ਼ਟੀ ਕਰੋ। ਇਸ ਦੇ ਬਾਅਦ ਸੂਚੀ ਤੇ ਆਪਣੇ ਬੈਂਕ ਦਾ ਚੋਣ ਕਰੋ ਅਤੇ ਅੱਗੇ ਵਧਣ ਲਈ ਨੈਕਸਟ ਕਲਿੱਕ ਕਰੋ। ਅਸੀਂ ਭੀਮ ਐਪ ਦੀ ਵਰਤੋਂ ਪੈਸੇ ਕੱਢਣ ਲਈ ਕਿਵੇਂ ਕਰ ਸਕਦੇ ਹਾਂ? ਆਪਣਾ VPA ਜਾਂ ਬੈਂਕ ਜਾਣਕਾਰੀ ਦੀ ਵਰਤੋਂ ਕਰਕੇ ਪੈਸਾ ਭੇਜਣ ਦੇ ਲਈ ਸੈਂਡ ਵਿਕਲਪ ਤੇ ਕਲਿੱਕ ਕਰੋ। ਲਾਭਪਾਤਰੀ ਦਾ VPA ਦਰਜ ਕਰੋ। ਉਸ ਦੇ ਬਾਅਦ ਅਕਾਊਂਟ ਪਲੱਸ IFSC ਵਿਕਲਪ ਤੇ ਕਲਿੱਕ ਕਰੋ ਅਤੇ ਫਿਰ ਲਾਭਪਾਤਰੀ ਦੇ ਖਾਤੇ ਦਾ ਵੇਰਵਾ ਦਰਜ ਕਰੋ। ਕੀ ਅਸੀਂ ਭੀਮ ਦਾ ਇਸਤੇਮਾਲ ਕਰਕੇ ਪੈਸੇ ਲੈ ਵੀ ਸਕਦੇ ਹਾਂ? ਹਾਂਜੀ ਬਿਲਕੁਲ। ਪੈਸੇ ਕਲੈਕਟ ਕਰਨ ਲਈ ਰਿਕੁਐਸਟ ਬਟਨ ਤੇ ਕਲਿੱਕ ਕਰੋ। ਫੇਰ ਤੇ ਉਸ ਵਿਅਕਤੀ ਦਾ ਮੋਬਾਈਲ ਨੰਬਰ ਜਾਂ VPA ਦਰਜ ਕਰੋ ਜਿਸ ਤੇ ਤੁਸੀਂ ਪੈਸੇ ਚਾਹੁੰਦੇ ਹੋ। ਰਕਮ ਦਰਜ ਕਰੋ ਅਤੇ ਰਿਕੁਐਸਟ ਟੈਬ ਤੇ ਕਲਿੱਕ ਕਰੋ। ਉਸ ਦੇ ਬਾਅਦ ਪੇਅਰ ਜਾਂ ਭੁਗਤਾਨ ਕਰਤਾ ਨੂੰ ਆਪਣੇ ਸਮਾਰਟਫੋਨ ਤੇ ਪੇਮੈਂਟ ਨੂੰ ਐਕਸੈਪਟ ਜਾਂ ਰਿਜੈਕਟ ਕਰਨ ਦੇ ਲਈ ਇੱਕ ਸੂਚਨਾ ਮਿਲ ਜਾਵੇਗੀ। ਭੁਗਤਾਨ ਕਰਤਾ ਭੁਗਤਾਨ ਕਰਨ ਦੇ ਲਈ QR ਕੋਡ ਦੀ ਵਰਤੋਂ ਵੀ ਕਰ ਸਕਦਾ ਹੈ। ਆਪਣਾ ਪਿੰਨ ਸੈੱਟ ਕਰਨ ਲਈ ਕੁਝ ਸੌਖੇ ਚਰਣਾਂ ਦਾ ਪਾਲਣ ਕਰੋ। ਸਭ ਤੋਂ ਪਹਿਲਾਂ ਬੈਂਕ ਅਕਾਊਂਟ ਵਿਕਲਪ ਤੇ ਕਲਿੱਕ ਕਰੋ। ਉਸ ਦੇ ਬਾਅਦ ਸੈੱਟ UPI ਪਿੰਨ ਵਿਕਲਪ ਤੇ ਕਲਿੱਕ ਕਰੋ। ਅਖੀਰ ਵਿੱਚ ਆਪਣੇ ਬੈਂਕ ਖਾਤੇ ਦਾ ਵੇਰਵਾ ਦਰਜ ਕਰੋ ਅਤੇ ਸਬਮਿਟ ਕਰੋ। ਜਿੱਦਾਂ ਕਿ ਅਸੀਂ ਹੁਣ UPI ਦੇ ਬਾਰੇ ਵਿੱਚ ਜਾਣਕਾਰੀ ਲੈ ਲਈਏ, ਆਓ ਹੁਣ ਅਸੀਂ ਇਸ ਐਕਟੀਵਿਟੀ ਵਿੱਚ ਹਿੱਸਾ ਲਈਏ। E-ਵਾਲਿਟ ਦਾ ਮਤਲਬ ਹੈ ਇਲੈਕਟ੍ਰੋਨਿਕ ਵਾਲਿਟ। ਇਹ ਇੱਕ ਪ੍ਰਕਾਰ ਦਾ ਇਲੈਕਟ੍ਰੋਨਿਕ ਕਾਰਡ ਹੈ ਜੋ ਕੰਪਿਊਟਰ ਜਾਂ ਸਮਾਰਟਫੋਨ ਦੇ ਜ਼ਰੀਏ ਆਨਲਾਈਨ ਟ੍ਰਾਂਜੈਕਸ਼ਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਈ ਵਾਲਿਟ ਵਿਅਕਤੀ ਦੇ ਨਿੱਜੀ ਬੈਂਕ ਅਕਾਊਂਟ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਤਾਂ ਜੋ ਉਹ ਭੁਗਤਾਨ ਕਰ ਸਕੇ। ਇਸ ਦਾ ਇਸਤੇਮਾਲ ਕ੍ਰੈਡਿਟ ਜਾਂ ਡੈਬਿਟ ਕਾਰਡ ਵਰਗਾ ਹੀ ਹੈ। ਈ ਵਾਲਿਟ ਨੂੰ ਪ੍ਰੋਤਸਾਹਨ ਦੇਣ ਦੇ ਪਿੱਛੇ ਮਕਸਦ ਹੈ ਕਿ ਪੇਪਰ ਰਹਿਤ ਪੈਸੇ ਦਾ ਟ੍ਰਾਂਜੈਕਸ਼ਨ ਸੌਖਾ ਹੋ ਸਕੇ। ਆਓ ਈ ਵਾਲਿਟ ਦੀ ਖਾਸੀਅਤ ਤੇ ਨਜ਼ਰ ਪਾਉਂਦੇ ਹਾਂ। ਈ ਵਾਲਿਟ ਇੱਕ ਤਰ੍ਹਾਂ ਦਾ ਪ੍ਰੀਪੇਡ ਅਕਾਊਂਟ ਹੈ ਜਿਸ ਦੇ ਵਿੱਚ ਉਪਭੋਗਤਾ ਭਵਿੱਖ ਦੇ ਆਨਲਾਈਨ ਟ੍ਰਾਂਜੈਕਸ਼ਨ ਲਈ ਪੈਸੇ ਸਟੋਰ ਕਰਕੇ ਰੱਖਦਾ ਹੈ। ਇਹ ਅਕਾਊਂਟ ਪਾਸਵਰਡ ਨਾਲ ਸੁਰੱਖਿਅਤ ਰਹਿੰਦਾ ਹੈ। ਉਪਭੋਗਤਾ ਕਿਰਾਨੇ ਦਾ ਸਾਮਾਨ, ਆਨਲਾਈਨ ਸ਼ਾਪਿੰਗ ਆਦਿ ਦੇ ਭੁਗਤਾਨ ਲਈ ਇਸ ਦਾ ਇਸਤੇਮਾਲ ਕਰ ਸਕਦਾ ਹੈ। ਈ ਵਾਲਿਟ ਵਿੱਚ ਦੋ ਮੁੱਖ ਭਾਗ ਹਨ, ਸੌਫਟਵੇਅਰ ਅਤੇ ਇਨਫੋਰਮੇਸ਼ਨ। ਸੌਫਟਵੇਅਰ ਕੰਪੋਨੈਂਟ ਨਿੱਜੀ ਜਾਣਕਾਰੀ ਨੂੰ ਸਟੋਰ ਕਰਦਾ ਹੈ ਅਤੇ ਸਟੋਰਡ ਡੇਟਾ ਨੂੰ ਵੀ ਸੁਰੱਖਿਅਤ ਰੱਖਦਾ ਹੈ।
ਅਤੇ ਦੂਜੀ ਵੱਲ ਇਨਫਾਰਮੇਸ਼ਨ ਉਪਭੋਗਤਾ ਦੀ ਜਾਣਕਾਰੀਆਂ ਦਾ ਡੇਟਾਬੇਸ ਹੈ। ਇਸ ਦੇ ਵਿੱਚ ਉਹਨਾਂ ਦਾ ਨਾਮ, ਪਤਾ, ਪੇਮੈਂਟ ਦਾ ਤਰੀਕਾ, ਭੁਗਤਾਨ ਦੀ ਰਕਮ, ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਡਿਟੇਲਸ ਆਦਿ ਸ਼ਾਮਿਲ ਹੁੰਦੀ ਹੈ। ਇਹ ਦਿਲਚਸਪ ਹੈ, ਪਰ ਮੈਂ ਈ ਵਾਇਲਟ ਦੀ ਵਰਤੋਂ ਕਿਵੇਂ ਕਰ ਸਕਣਾ? ਇਹ ਬਹੁਤ ਹੀ ਸੌਖਾ ਹੈ। ਤੁਹਾਨੂੰ ਬਸ ਆਪਣੇ ਮੋਬਾਈਲ ਵਿੱਚ ਇਹ ਐਪ ਡਾਊਨਲੋਡ ਕਰਨਾ ਹੋਵੇਗਾ, ਫਿਰ ਸਾਰੀ ਜ਼ਰੂਰੀ ਜਾਣਕਾਰੀ ਦੇ ਕੇ ਸਾਈਨ ਅਪ ਕਰੋ ਅਤੇ ਉਸ ਦੇ ਬਾਅਦ ਤੁਹਾਨੂੰ ਇੱਕ ਪਾਸਵਰਡ ਮਿਲੇਗਾ। ਉਸ ਦੇ ਬਾਅਦ ਡੈਬਿਟ ਜਾਂ ਕ੍ਰੈਡਿਟ ਕਾਰਡ ਜਾਂ ਫਿਰ ਨੈਟ ਬੈਂਕਿੰਗ ਦਾ ਇਸਤੇਮਾਲ ਕਰਕੇ ਪੈਸੇ ਆਪਣੇ ਈ ਵਾਲਟ ਵਿੱਚ ਪਾਓ। ਆਨਲਾਈਨ ਖਰੀਦਦਾਰੀ ਦੇ ਬਾਅਦ ਈ ਵਾਲਟ ਆਪਣੇ ਆਪ ਹੀ ਪੇਮੈਂਟ ਫਾਰਮ ਤੇ ਉਪਭੋਗਤਾ ਦੀ ਜਾਣਕਾਰੀ ਦਰਜ ਕਰ ਦਿੰਦਾ ਹੈ। ਇੱਕ ਵਾਰ ਡਿਜੀਟਲ ਭੁਗਤਾਨ ਹੋਣ ਦੇ ਬਾਅਦ ਇਹ ਜਾਣਕਾਰੀ ਡੇਟਾਬੇਸ ਵਿੱਚ ਆਪਣੇ ਆਪ ਹੀ ਦਰਜ ਹੋ ਕੇ ਅਪਡੇਟ ਹੋ ਜਾਂਦੀ ਹੈ। ਮੇਰੇ ਪਿਤਾ ਜੀ ਇੱਕ ਵਪਾਰੀ ਹਨ। ਭੁਗਤਾਨ ਪ੍ਰਾਪਤ ਕਰਨ ਲਈ ਉਹ ਈ ਵਾਲਟ ਦਾ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਹਨ? ਵਪਾਰੀਆਂ ਦੇ ਲਈ ਵੀ ਪਹਿਲੇ 3 ਸਟੈਪਸ ਓਦਾਂ ਹੀ ਹਨ ਜਿਵੇਂ ਕਿ ਇੱਕ ਨਾਰਮਲ ਉਪਭੋਗਤਾ ਦੇ ਲਈ ਹੁੰਦੇ ਹਨ। ਉਸ ਦੇ ਬਾਅਦ ਆਪਣੇ ਆਪ ਨੂੰ ਵਪਾਰੀ ਹੋਣ ਦਾ ਐਲਾਨ ਕਰਕੇ ਭੁਗਤਾਨ ਪ੍ਰਾਪਤ ਕਰੋ। ਵਾਹ, ਇਹ ਤਾਂ ਬਹੁਤ ਹੀ ਸੌਖਾ ਹੈ। ਕੀ ਤੁਸੀਂ ਮੈਨੂੰ ਦੱਸੋਗੇ ਕਿ ਈ ਵਾਇਲਟ ਦੀ ਵਰਤੋਂ ਕਰਨ ਲਈ ਮੈਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੋਏਗੀ? ਹਾਂ ਬਿਲਕੁਲ, ਤੁਹਾਨੂੰ ਇਨ੍ਹਾਂ 4 ਚੀਜ਼ਾਂ ਦੀ ਜ਼ਰੂਰਤ ਹੋਵੇਗੀ। ਇੱਕ ਬੈਂਕ ਅਕਾਊਂਟ, ਇੱਕ ਸਮਾਰਟਫੋਨ, 2G, 3G ਜਾਂ 4G ਕਨੈਕਸ਼ਨ ਅਤੇ ਇੱਕ ਮੁਫਤ ਈ ਵਾਲਟ ਐਪ। SBI ਬੜੀ ਇੱਕ ਈ ਵਾਲਟ ਹੈ ਜਿਸ ਨੂੰ ਕੁਝ ਸੌਖੇ ਚਰਣਾਂ ਦਾ ਪਾਲਣ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਤੇ ਜਾਓ ਅਤੇ ਸਟੇਟ ਬੈਂਕ ਬੜੀ ਐਪ ਨੂੰ ਸਰਚ ਕਰੋ। ਫਿਰ ਐਪ ਡਾਊਨਲੋਡ ਕਰਨ ਦੇ ਲਈ ਇੰਸਟਾਲ ਟੈਬ ਤੇ ਕਲਿੱਕ ਕਰੋ। ਇੰਸਟਾਲੇਸ਼ਨ ਦੇ ਬਾਅਦ ਐਪ ਖੋਲੋ ਅਤੇ ਆਪਣੀ ਭਾਸ਼ਾ ਦੀ ਚੋਣ ਕਰੋ। ਫਿਰ ਸਾਈਨ ਅਪ ਕਰਨ ਦੇ ਲਈ ਆਪਣਾ ਵੇਰਵਾ ਦਰਜ ਕਰੋ। ਉਸ ਦੇ ਬਾਅਦ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੇ ਪ੍ਰਾਪਤ OTP ਨੂੰ ਦਰਜ ਕਰੋ। ਫਿਰ ਇੱਕ 4 ਡਿਜਿਟ ਦਾ ਪਿੰਨ ਸੈੱਟ ਕਰੋ ਅਤੇ ਇਸ ਦੀ ਪੁਸ਼ਟੀ ਕਰੋ। ਅਖੀਰ ਵਿੱਚ ਐਪ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰਨ ਦੇ ਲਈ ਐਕਸੈਪਟ ਬਟਨ ਨੂੰ ਚਾਲੂ ਕਰੋ ਅਤੇ ਇਸ ਨੂੰ ਸਬਮਿਟ ਕਰੋ। ਆਪਣਾ ਪਿੰਨ ਦਰਜ ਕਰਕੇ ਲੌਗਇਨ ਕਰੋ। ਆਪਣੇ ਵਾਲਟ ਵਿੱਚ ਪੈਸੇ ਜੋੜਨ ਲਈ ਐਂਡ ਮਨੀ ਵਿਕਲਪ ਤੇ ਕਲਿੱਕ ਕਰੋ। ਉਹ ਰਕਮ ਦਰਜ ਕਰੋ ਜਿਸ ਨੂੰ ਤੁਸੀਂ ਆਪਣੇ ਵਾਲਟ ਵਿੱਚ ਜੋੜਨਾ ਚਾਹੁੰਦੇ ਹੋ। ਭੁਗਤਾਨ ਦਾ ਮੋਡ ਚੁਣੋ ਅਤੇ ਕੰਟੀਨਿਊ ਤੇ ਕਲਿੱਕ ਕਰੋ। ਇਸ ਦੇ ਬਾਅਦ ਤੁਸੀਂ ਆਪਣੇ ਡੈਬਿਟ ਕਾਰਡ ਦਾ ਵੇਰਵਾ ਦਰਜ ਕਰਕੇ ਭੁਗਤਾਨ ਕਰ ਸਕਦੇ ਹੋ। ਜਨਰੇਟ OTP ਵਿਕਲਪ ਤੇ ਕਲਿੱਕ ਕਰੋ। ਰਜਿਸਟਰਡ ਮੋਬਾਈਲ ਨੰਬਰ ਤੇ ਪ੍ਰਾਪਤ OTP ਦਰਜ ਕਰੋ ਅਤੇ ਸਬਮਿਟ ਕਰੋ। ਇਸ ਤਰ੍ਹਾਂ ਪੈਸੇ ਭੇਜਣ ਲਈ ਸੈਂਡ ਮਨੀ ਵਿਕਲਪ ਤੇ ਕਲਿੱਕ ਕਰੋ। ਫਿਰ ਲਾਭਪਾਤਰੀ ਦੇ ਕੰਟੈਕਟ ਨੰਬਰ ਨੂੰ ਦਰਜ ਕਰੋ ਅਤੇ ਕੰਟੀਨਿਊ ਤੇ ਕਲਿੱਕ ਕਰੋ। ਉਹ ਰਕਮ ਦਰਜ ਕਰੋ ਜਿਸ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ ਅਤੇ ਫਿਰ ਕੰਟੀਨਿਊ ਕਰੋ। ਅਖੀਰ ਵਿੱਚ ਪਿੰਨ ਦਰਜ ਕਰੋ ਅਤੇ ਪੈਸੇ ਭੇਜਣ ਦੇ ਲਈ ਕਨਫਰਮ ਤੇ ਕਲਿੱਕ ਕਰੋ। ਈ ਵਾਲਟ ਦੀ ਵਰਤੋਂ ਕਰਦੇ ਵੇਲੇ ਕੁਝ ਗੱਲਾਂ ਤੇ ਵਿਚਾਰ ਕਰਨਾ ਜ਼ਰੂਰੀ ਹੈ, ਜਿਵੇਂ ਮੋਬਾਈਲ ਸੁਰੱਖਿਆ ਲਈ ਪਾਸਵਰਡ ਅਤੇ ਪੈਟਰਨ ਲੌਕ ਦਾ ਇਸਤੇਮਾਲ ਕਰੋ। ਕਿਸੇ ਦੇ ਨਾਲ ਆਪਣੇ ਈ ਵਾਲਟ ਪ੍ਰਮਾਣ ਪੱਤਰ ਯਾਨੀ ਕ੍ਰੈਡੈਂਸ਼ੀਅਲਸ ਨੂੰ ਸਾਂਝਾ ਨਾ ਕਰੋ। ਆਪਣੇ ਈ ਵਾਲਟ ਵਿੱਚ ਜ਼ਿਆਦਾ ਅਮਾਊਂਟ ਲੋਡ ਨਾ ਕਰੋ। ਕਈ ਮਰਚੈਂਡਾਈਜ਼ਿੰਗ, ਸਾਈਬਰ ਸਿਕਿਉਰਿਟੀ, ਕੰਪਿਊਟਰ ਨੈਟਵਰਕ ਪ੍ਰੋਗਰਾਮ ਅਤੇ ਡੇਟਾ ਦੇ ਅਨਾਧਿਕਰਨ ਇਸਤੇਮਾਲ ਯਾਨੀ ਅਨਆਥੋਰਾਈਜ਼ਡ ਐਕਸੈਸ ਜਾਂ ਅਟੈਕਸ ਦੇ ਸੰਬੰਧਿਤ ਸੁਰੱਖਿਆ ਦੀ ਤਕਨੀਕ ਹੈ ਜਿਸ ਦਾ ਮਕਸਦ ਹੈ ਸ਼ੋਸ਼ਣ ਕਰਨਾ। ICT ਦੇ ਇਸਤੇਮਾਲ ਵਿੱਚ ਸਾਈਬਰ ਸਿਕਿਉਰਿਟੀ ਆਤਮ ਵਿਸ਼ਵਾਸ ਅਤੇ ਸੁਰੱਖਿਆ ਦਾ ਨਿਰਮਾਣ ਕਰਦੀ ਹੈ ਤਾਂ ਜੋ ਸੂਚਨਾ ਸਮਾਜ ਯਾਨੀ ਇਨਫਾਰਮੇਸ਼ਨ ਸੋਸਾਇਟੀ ਦੁਆਰਾ ਵਿਸ਼ਵਾਸ ਪੱਕਾ ਕੀਤਾ ਜਾ ਸਕੇ। ਇਸ ਦਾ ਮਕਸਦ ਖਤਰੇ ਅਤੇ ਕਮਜ਼ੋਰੀਆਂ ਨੂੰ ਘੱਟ ਕਰਨਾ ਜਾਂ ਉਹਨਾਂ ਦੀ ਰੋਕਥਾਮ ਕਰਨਾ ਹੈ।
ਅਤੇ ਘਟਨਾ ਦੀ ਪ੍ਰਤੀਕ੍ਰਿਆ, ਰਿਕਵਰੀ, ਡੇਟਾ ਅਸ਼ੋਰੈਂਸ, ਲਾਅ ਐਨਫੋਰਸਮੈਂਟ, ਸੈਨਿਕ ਅਤੇ ਖੁਫੀਆ ਆਪਰੇਸ਼ਨ ਦੀ ਸੁਰੱਖਿਆ ਦੇ ਲਈ ਨੀਤੀਆਂ ਵਿੱਚ ਜਗ੍ਹਾ ਰੱਖਣਾ ਹੈ। ਸਾਈਬਰ ਸਿਕਿਉਰਿਟੀ ਦੁਨੀਆ ਭਰ ਵਿੱਚ ਲਗਭਗ ਸਾਰੇ ਨਾਗਰਿਕਾਂ ਨੂੰ ਵਿਵਹਾਰਿਕ ਰੂਪ ਤੇ ਟੱਚ ਕਰਦੀ ਹੈ। ਇਹ ਮਾਨਵ ਵਿਕਾਸ ਦੇ ਨਾਲ ਨਾਲ ਸੂਚਨਾ ਸਮਾਜ ਯਾਨੀ ਇਨਫਾਰਮੇਸ਼ਨ ਸੋਸਾਇਟੀ ਵਿੱਚ ਬਿਹਤਰ ਏਕੀਕਰਨ ਪ੍ਰਾਪਤ ਕਰਨ ਵਿੱਚ ਵਿਆਪਕ ਮੌਕੇ ਦੀ ਪੇਸ਼ਕਸ਼ ਕਰਦੀ ਹੈ। ਇਹ ਗਿਆਨ ਇੱਕ ਵਿਆਪਕ ਪਹੁੰਚ ਦਾ ਨਾਲ ਹੀ ਨੀਤੀਆਂ ਅਤੇ ਰਣਨੀਤੀਆਂ ਦੇ ਵਿਕਾਸ ਦੇ ਲਈ ਵੀ ਸਮਰਥਨ ਕਰਦੀ ਹੈ। ਸਾਈਬਰ ਸਿਕਿਉਰਿਟੀ ਦੇ ਕੁਝ ਡੂਜ ਐਂਡ ਡੋਂਟਸ ਹਨ ਜੋ ਸਾਨੂੰ ਕਦੀ ਵੀ ਐਕਸ਼ਨ ਕਰਦੇ ਵੇਲੇ ਸਾਵਧਾਨੀ ਦੇ ਨਾਲ ਯਾਦ ਰੱਖਣੇ ਚਾਹੀਦੇ ਹਨ। ਇਹ ਪੱਕਾ ਕਰੋ ਕਿ ਜਦ ਤੁਸੀਂ ਵਾਇਰਲੈਸ ਕਨੈਕਸ਼ਨ ਤੇ ਕਨੈਕਟ ਹੋਵੋ ਤਾਂ ਤੁਸੀਂ ਸਹੀ ਨੈਟਵਰਕ ਤੇ ਕਨੈਕਟ ਹੋ ਰਹੇ ਹੋ, ਨਹੀਂ ਤਾਂ SSID ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਅਜਿਹਾ ਨਾ ਮੰਨੋ ਕਿਉਂਕਿ ਨਾਮ ਅਜਿਹਾ ਲੱਗ ਸਕਦਾ ਹੈ ਕਿ ਉਹ ਕਿਸੇ ਭਰੋਸੇਮੰਦ ਜ਼ਰੀਏ ਤੇ ਆ ਰਿਹਾ ਹੈ। ਐਸੇ ਪਾਸਵਰਡ ਦੀ ਵਰਤੋਂ ਕਰੋ ਜਿਸ ਦੇ ਵਿੱਚ ਅਪਰ ਕੇਸ, ਲੋਅਰ ਕੇਸ ਲੈਟਰਸ ਅਤੇ ਵਿਸ਼ੇਸ਼ ਵਰਣ ਹੋਵੇ। ਪਰਿਚਿਤ ਨਾਮ ਜਾਂ ਸੰਖਿਆ ਦੀ ਵਰਤੋਂ ਨਾ ਕਰੋ ਜਿਵੇਂ ਤੁਹਾਡੇ ਪਰਿਵਾਰ ਦੇ ਮੈਂਬਰ, ਜਨਮ ਦਿਨ ਆਦਿ। ਦੋਹਰੀ ਜਾਂ ਬਹੁ ਕਾਰਕ ਪ੍ਰਮਾਣੀਕਰਨ ਦਾ ਲਾਭ ਜ਼ਰੂਰ ਚੱਕੋ। ਉਦਾਹਰਣ ਲਈ, ਕਈ ਵੈਬਸਾਈਟ ਹੁਣ ਸਿਰਫ ਇੱਕ ਯੂਜ਼ਰ ਨੇਮ ਅਤੇ ਪਾਸਵਰਡ ਤੇ ਵੱਖ ਅਜਿਹੇ ਆਫਰ ਦਿੰਦੀਆਂ ਹਨ ਜਿਵੇਂ ਸਮਾਰਟ ਕਾਰਡ, ਪਿਨ ਜਾਂ ਇੱਥੇ ਤੱਕ ਕਿ ਉਪਯੋਗਕਰਤਾ ਚੁਣੇ ਹੋਏ ਸਿਕਿਉਰਿਟੀ ਇਮੇਜਸ ਜੋ ਕਿ ਲੌਗਇਨ ਤੇ ਪਹਿਚਾਣੇ ਜਾਂਦੇ ਹਨ। ਜਦ ਬਾਕੀ ਵਿਕਲਪ ਮੌਜੂਦ ਹੋਣ ਤਾਂ ਸਿਰਫ ਯੂਜ਼ਰ ਨੇਮ ਅਤੇ ਪਾਸਵਰਡ ਦਾ ਇਸਤੇਮਾਲ ਨਾ ਕਰੋ। ਪਾਸਵਰਡ ਦੀ ਇੱਕ ਸੂਚੀ ਸੁਰੱਖਿਅਤ ਰੱਖੋ ਅਤੇ ਓਹਨੂੰ ਘੱਟ ਤੋਂ ਘੱਟ ਕੁਆਰਟਰਲੀ ਬੇਸਿਸ ਯਾਨੀ ਹਰ ਤੀਸਰੇ ਮਹੀਨੇ ਬਦਲੋ। ਇੱਕ ਹੀ ਪਾਸਵਰਡ ਨੂੰ ਲੰਬੇ ਟਾਈਮ ਤੱਕ ਨਾ ਰੱਖੋ। ਆਪਣਾ ਕਾਰਪੋਰੇਟ ਪਾਸਵਰਡ ਆਪਣੇ ਨਿੱਜੀ ਪਾਸਵਰਡ ਤੋਂ ਵੱਖ ਰੱਖੋ। ਆਪਣੇ ਨਿੱਜੀ ਪਾਸਵਰਡ ਦੇ ਲਈ ਆਪਣੀ ਕੰਪਨੀ ਦਾ ਪਾਸਵਰਡ ਇਸਤੇਮਾਲ ਨਾ ਕਰੋ ਜਾਂ ਇਸ ਤੋਂ ਉਲਟਾ। ਪੱਕਾ ਕਰੋ ਕਿ ਤੁਹਾਡਾ ਕੰਪਿਊਟਰ ਲੇਟੈਸਟ ਪੈਚਸ ਅਤੇ ਵਾਇਰਸ ਸਿਗਨੇਚਰਸ ਤੇ ਭਰਿਆ ਹੋਵੇ। ਅਜਿਹਾ ਨਾ ਮੰਨ ਲਓ ਕਿ ਵਾਇਰਸ ਦਾ ਪਤਾ ਲਗਾਉਣ ਵਾਲਾ ਸੋਫਟਵੇਅਰ ਕੰਪਿਊਟਰ ਤੇ ਹਮੇਸ਼ਾ ਹੀ ਕੰਮ ਕਰਦਾ ਹੈ। ਨਾਨ ਕੌਨਫੀਡੈਂਸ਼ੀਅਲ ਡੇਟਾ ਅਪਲੋਡ ਕਰਨ ਅਤੇ ਸ਼ੇਅਰ ਕਰਨ ਲਈ ਕਲਾਉਡ ਡੇਟਾ ਸਿਸਟਮ ਦੀ ਵਰਤੋਂ ਕਰੋ। ਆਪਣੀ ਗੈਰ ਹਾਜ਼ਰੀ ਵਿੱਚ ਆਪਣੇ ਨਿੱਜੀ ਕੰਪਿਊਟਰ ਦੀ ਵਰਤੋਂ ਮਿੱਤਰਾਂ, ਪਰਿਵਾਰ ਦੇ ਮੈਂਬਰਾਂ ਅਤੇ ਸਹਿਯੋਗੀਆਂ ਦੁਆਰਾ ਕਰਨ ਤੇ ਭਰੋਸਾ ਨਾ ਕਰੋ। ਆਪਣੇ ਡੇਟਾ ਦਾ ਬੈਕਅਪ ਰਿਮੂਵੇਬਲ ਮੀਡੀਆ ਵਿੱਚ ਕਰਕੇ ਕਿਸੇ ਸੁਰੱਖਿਅਤ ਥਾਂ ਤੇ ਰੱਖੋ। ਅਜਿਹਾ ਨਾ ਸਮਝੋ ਕਿ ਤੁਹਾਡੇ ਡੇਟਾ ਨੂੰ ਮੇਨਟੇਨ ਅਤੇ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਕਿਸੇ ਹੋਰ ਦੀ ਹੈ। ਆਪਣੇ ਈਮੇਲਸ ਸਾਵਧਾਨੀ ਪੂਰਵਕ ਵੇਖੋ ਅਤੇ ਪੱਕਾ ਕਰੋ ਕਿ ਸੋਰਸ ਹੈਡਰ ਕਿਸੇ ਵੈਲਿਡ ਐਡਰੈਸ ਤੇ ਹੋਵੇ। ਆਪਣੇ ਕੰਪਿਊਟਰ ਵਿੱਚ ਮੈਲਵੇਅਰ ਲੋਡ ਕਰਨ ਵਾਲੀ ਮੈਲੀਸ਼ੀਅਸ ਯਾਨੀ ਗਲਤ ਵੈਬਸਾਈਟਾਂ ਦੇ ਲਿੰਕ ਤੇ ਕਲਿੱਕ ਕਰ ਸ਼ਿਕਾਰ ਹੋਣ ਤੇ ਬਚੋ। ਇੱਕ ਪ੍ਰਤਿਸ਼ਠਿਤ ਸਾਈਬਰ ਸਿਕਿਉਰਿਟੀ ਫਰਮ ਦੇ ਨਾਲ ਰਾਬਤਾ ਕਾਇਮ ਕਰੋ। ਆਪਣੀ ਕੰਪਨੀ ਨੂੰ ਇੰਟਰਨੈਟ ਤੇ ਸੁਰੱਖਿਅਤ ਰੱਖਣ ਦੇ ਲਈ ਨੀਤੀਆਂ ਅਤੇ ਪ੍ਰਕਿਰਿਆਵਾਂ ਤੇ ਪਹਿਲਾਂ ਤੇ ਹੀ ਚਰਚਾ ਕਰ ਲਓ। ਸਲਾਹ ਲੈਣ ਦੇ ਲਈ ਕਿਸੇ ਹਾਦਸੇ ਦੇ ਹੋਣ ਦਾ